ਗੁੱਡ ਮਾਰਨਿੰਗ ਟੂ ਆਲ ਆਫ ਯੂ ਬੇਟਾ। ਬੇਟਾ ਅੱਜ ਅਸੀਂ ਸੋਲਿਊਸ਼ਨ ਦਾ ਲਾਸਟ ਲੈਕਚਰ ਕਰ ਰਹੇ ਹਾਂ, ਇਸ ਚੈਪਟਰ ਦਾ ਲਾਸਟ ਲੈਕਚਰ, ਦੈਟ ਇਜ਼ ਸੋਲੂਬਿਲਿਟੀ। ਸੋਲੂਬਿਲਿਟੀ ਸੋਲੂਬਿਲਿਟੀ ਹੁੰਦਾ ਗਿਵਨ ਸੋਲਵੈਂਟ 'ਚ ਕਿੰਨਾ ਸੋਲਿਊਟ ਡਿਜ਼ੋਲਵ ਕਰ ਸਕਦਾ ਅੰਡਰ ਗਿਵਨ ਕੰਡੀਸ਼ਨਸ। ਗਿਵਨ ਸੋਲਵੈਂਟ 'ਚ ਕਿੰਨਾ ਸੋਲਿਊਟ ਡਿਜ਼ੋਲਵ ਕਰਦਾ ਅੰਡਰ ਗਿਵਨ ਕੰਡੀਸ਼ਨ। ਗਿਵਨ ਕੰਡੀਸ਼ਨ ਇਜ਼ ਗਿਵਨ ਟੈਂਪਰੇਚਰ ਐਂਡ ਪ੍ਰੈਸ਼ਰ। ਗਿਵਨ ਟੈਂਪਰੇਚਰ ਐਂਡ ਪ੍ਰੈਸ਼ਰ 'ਤੇ ਸੋਲਵੈਂਟ 'ਚ ਕਿੰਨਾ ਸੋਲਿਊਟ ਮਿਲ ਸਕਦਾ, ਦੈਟ ਇਜ਼ ਕਾਲਡ ਘੁਲ ਸਕਦਾ, ਦੈਟ ਇਜ਼ ਕਾਲਡ ਸੋਲੂਬਿਲਿਟੀ। ਮੈਂ ਪਹਿਲਾਂ ਕਰੂੰਗਾ ਸੋਲੂਬਿਲਿਟੀ ਆਫ ਸੋਲਿਡ ਇਨ ਲਿਕੁਡ। ਸੋਲੂਬਿਲਿਟੀ ਆਫ ਸੋਲਿਡ ਇਨ ਲਿਕੁਡ, ਬੇਟਾ ਦੇਖੋ ਸੋਲੂਬਿਲਿਟੀ ਆਫ ਸੋਲਿਡ ਇਨ ਲਿਕੁਡ, ਸੋਲਿਡ ਨੂੰ ਲਿਕੁਡ 'ਚ ਘੋਲਣਾ, ਇਹ ਨੇਚਰ ਆਫ ਸੋਲਿਡ 'ਤੇ ਵੀ ਡਿਪੈਂਡ ਕਰਦਾ, ਨੇਚਰ ਆਫ ਲਿਕੁਡ 'ਤੇ ਵੀ ਡਿਪੈਂਡ ਕਰਦਾ। ਸੋਲਿਡ ਦਾ ਲਿਕੁਡ 'ਚ ਘੋਲਣਾ ਚਾਰ ਚੀਜ਼ਾਂ 'ਤੇ ਡਿਪੈਂਡ ਕਰੇਗਾ, ਨੇਚਰ ਆਫ ਸੋਲਿਡ, ਨੇਚਰ ਆਫ ਲਿਕੁਡ, ਟੈਂਪਰੇਚਰ ਐਂਡ ਟੂ ਵੈਰੀ ਸਮਾਲ ਐਕਸਟੈਂਟ ਪ੍ਰੈਸ਼ਰ। ਕੋਈ ਸੋਲਿਡ ਦਾ ਲਿਕੁਡ 'ਚ ਘੁਲਣਾ ਨੇਚਰ ਆਫ ਸੋਲਿਡ 'ਤੇ ਡਿਪੈਂਡ ਕਰੇਗਾ, ਜਿੱਦਾਂ ਨਮਕ ਜਾਂ ਖੰਡ ਤਾਂ ਪਾਣੀ 'ਚ ਘੁਲ ਜਾਂਦੇ ਆ, ਬੈਨਜ਼ੀਨ 'ਚ ਨਹੀਂ ਘੁਲਦੇ, ਲੇਕਿਨ ਨੈਫਥਲੀਨ ਫਰਨੈਲ ਜਾਂ ਐਂਥਰਾਸੀਨ ਬੈਨਜ਼ੀਨ 'ਚ ਘੁਲ ਜਾਂਦੇ, ਪਾਣੀ 'ਚ ਨਹੀਂ ਘੁਲਦੇ। ਸੋ ਸੋਲਿਊਟ ਦੀ ਨੇਚਰ 'ਤੇ ਵੀ ਡਿਪੈਂਡ ਕਰਦਾ, ਸੋਲਵੈਂਟ ਦੀ ਨੇਚਰ 'ਤੇ ਵੀ ਡਿਪੈਂਡ ਕਰਦਾ, ਟੈਂਪਰੇਚਰ 'ਤੇ ਵੀ ਡਿਪੈਂਡ ਕਰਦਾ, ਅਤੇ ਬਹੁਤ ਸਮਾਲ ਐਕਸਟੈਂਟ, ਬਹੁਤ ਸਮਾਲ ਐਕਸਟੈਂਟ ਪ੍ਰੈਸ਼ਰ 'ਤੇ ਵੀ ਡਿਪੈਂਡ ਕਰਦਾ। ਠੀਕ ਹੈ ਜੀ, ਧਿਆਨ ਨਾਲ। ਸੋਲਿਊਟ ਦੇ ਪਾਰਟੀਕਲ ਲੀਕੁਅਡ ਜਾਂਦੇ ਆ ਘੁਲਦੇ, ਅਤੇ ਇਸ ਪ੍ਰੋਸੈਸ ਨੂੰ ਕਹਿੰਦੇ ਆ ਡਿਜ਼ੋਲਿਊਸ਼ਨ। ਸੋਲਿਊਟ ਦੇ ਪਾਰਟੀਕਲ ਲੀਕੁਅਡ ਚਲ ਜਾਣਾ, ਮਿਲ ਜਾਣਾ, ਇਸ ਪ੍ਰੋਸੈਸ ਨੂੰ ਕਹਿੰਦੇ ਡਿਜ਼ੋਲਿਊਸ਼ਨ। ਠੀਕ ਹੈ ਜੀ, ਇੱਥੇ ਸੋਲਿਊਟ ਪਾਰਟੀਕਲ ਇੱਕ ਦੂਜੇ ਨਾਲ ਟਕਰਾ ਕੇ ਪ੍ਰੈਸਪਰੇਟ ਆਊਟ ਵੀ ਹੋ ਜਾਂਦੇ, ਦੈਟ ਇਜ਼ ਕਾਲਡ ਕ੍ਰਿਸਟਲਾਈਜੇਸ਼ਨ। ਸੋਲਿਊਟ ਦਾ ਘੁਲਣਾ, ਦੈਟ ਇਜ਼ ਡਿਜ਼ੋਲਿਊਸ਼ਨ, ਘੁਲੇ ਸੋਲਿਊਟ ਦਾ ਨੀਚੇ ਬੈਠ ਜਾਣਾ, ਦੈਟ ਇਜ਼ ਕਾਲਡ ਕ੍ਰਿਸਟਲਾਈਜੇਸ਼ਨ। ਯਾਨੀ ਸੋਲਿਊਟ ਪਲੱਸ ਸੋਲਵੈਂਟ ਇਹ ਦੇ ਰਿਹਾ ਸੋਲਿਊਸ਼ਨ। ਇਹਦਾ ਘੁਲਣਾ ਹੋ ਗਿਆ ਡਿਜ਼ੋਲਿਊਸ਼ਨ, ਘੁਲੇ ਦਾ ਬਾਹਰ ਆ ਜਾਣਾ ਕ੍ਰਿਸਟਲਾਈਜੇਸ਼ਨ। ਜਦੋਂ ਦੋਨੋਂ ਆਪਸ ਇਕੁਲੀਬ੍ਰੀਅਮ 'ਚ ਆ ਗਏ, ਜਦੋਂ ਦੋਨੋਂ ਆਪਸ ਇਕੁਲੀਬ੍ਰੀਅਮ 'ਚ ਆ ਗਏ, ਉਸ ਸੋਲਿਊਸ਼ਨ ਨੂੰ ਕਹਿੰਦੇ ਸੈਚੂਰੇਟਿਡ ਸੋਲਿਊਸ਼ਨ। ਜਦੋਂ ਦੋਨੋਂ ਆਪਸ ਇਕੁਲੀਬ੍ਰੀਅਮ 'ਚ ਆ ਗਏ, ਉਹਨੂੰ ਕਹਿੰਦੇ ਸੈਚੂਰੇਟਿਡ ਸੋਲਿਊਸ਼ਨ। ਪਾਣੀ 'ਚ ਖੰਡ ਪਾਈ ਗਏ, ਇੱਕ ਸਟੇਜ ਸੀ ਕਹਿੰਦੇ ਖੰਡ ਘੁਲਣੀ ਬੰਦ ਹੋ ਗਈ। ਬੇਟਾ ਖੰਡ ਘੁਲਣੀ ਬੰਦ ਨਹੀਂ ਹੁੰਦੀ, ਜਿੰਨੀ ਘੋਲ ਰਹੇ ਹੈ ਉਨੀ ਘੁਲੀ ਬਾਹਰ ਆ ਰਹੀ, ਯਾਨੀ ਜਿੰਨੀ ਡਿਜ਼ੋਲਿਊਸ਼ਨ ਹੋ ਰਹੀ ਉਨੀ ਕ੍ਰਿਸਟਲਾਈਜੇਸ਼ਨ ਹੋ ਰਹੀ ਹੈ। ਸ਼ੁਰੂਆਤ 'ਤੇ ਡਿਜ਼ੋਲਿਊਸ਼ਨ ਜ਼ਿਆਦਾ ਸੀ, ਕ੍ਰਿਸਟਲਾਈਜੇਸ਼ਨ ਘੱਟ ਸੀ, ਇਸ ਕਰਕੇ ਖੰਡ ਘੁਲੀ ਜਾ ਰਹੀ ਸੀ। ਯਾਨੀ ਜਦ ਤਾਈਂ ਸੋਲਿਊਸ਼ਨ ਅਨਸੈਚੂਰੇਟਡ ਹੈ ਤਦ ਤਾਈਂ ਹੋਰ ਘੁਲੀ ਜਾਏਗੀ। ਇੱਕ ਸਟੇਜ ਐਸੀ ਆਏਗੀ ਤੁਹਾਨੂੰ ਲੱਗੇਗਾ ਚੀਨੀ ਘੁਲਣੀ ਬੰਦ ਹੋ ਗਈ, ਉਹ ਘੁਲਣੀ ਬੰਦ ਨਹੀਂ ਹੁੰਦੀ, ਬਲਕਿ ਉਸ ਵੇਲੇ ਜਿੰਨੀ ਡਿਜ਼ੋਲਿਊਸ਼ਨ ਹੋ ਰਹੀ ਹੈ ਉਨੀ ਕ੍ਰਿਸਟਲਾਈਜੇਸ਼ਨ। ਸੋ ਸੋਲਿਊਟ ਦਾ ਸੋਲਵੈਂਟ ਦੇ ਅੰਦਰ ਚਲੇ ਜਾਣਾ, ਦੈਟ ਇਜ਼ ਡਿਜ਼ੋਲਿਊਸ਼ਨ। ਅਤੇ ਸੋਲਿਊਟ ਸੋਲਿਊਟ ਜਿਹੜੇ ਘੁਲੇ ਆਪਸ ਟਕਰਾ ਕੇ ਨੀਚੇ ਬੈਠ ਜਾਣ, ਦੈਟ ਇਜ਼ ਕਾਲਡ ਕ੍ਰਿਸਟਲਾਈਜੇਸ਼ਨ। ਅਤੇ ਜਦੋਂ ਡਿਜ਼ੋਲਿਊਸ਼ਨ ਅਤੇ ਕ੍ਰਿਸਟਲਾਈਜੇਸ਼ਨ ਆਪਸ ਇਕੁਲੀਬ੍ਰੀਅਮ 'ਚ ਆ ਜਾਣ, ਤਾਂ ਉਹ ਸੋਲਿਊਸ਼ਨ ਸੈਚੂਰੇਟਿਡ ਹੈ, ਯਾਨੀ ਜਿਹ 'ਚ ਹੋਰ ਸੋਲਿਊਟ ਨਹੀਂ ਘੁਲ ਸਕਦਾ। ਸੱਚ ਸੋਲਿਊਸ਼ਨ ਇਜ਼ ਕਾਲਡ ਸੈਚੂਰੇਟਿਡ ਸੋਲਿਊਸ਼ਨ। ਸੋਲਿਊਟ ਦਾ ਘੁਲਣਾ ਡਿਜ਼ੋਲਿਊਸ਼ਨ, ਘੁਲੇ ਸੋਲਿਊਟ ਦਾ ਨੀਚੇ ਬੈਠ ਜਾਣਾ, ਦੈਟ ਇਜ਼ ਕਾਲਡ ਕ੍ਰਿਸਟਲਾਈਜੇਸ਼ਨ। ਅਤੇ ਵੱਧ ਤੋਂ ਵੱਧ ਕਿੰਨਾ ਸੋਲਿਊਟ ਘੁਲ ਸਕਦਾ ਗਿਵਨ ਸੋਲਵੈਂਟ 'ਚ? ਗਿਵਨ ਸੋਲਵੈਂਟ 'ਚ ਵੱਧ ਤੋਂ ਵੱਧ ਜਿੰਨਾ ਸੋਲਿਊਟ ਘੁਲ ਸਕੇ ਅੰਡਰ ਗਿਵਨ ਕੰਡੀਸ਼ਨ। ਗਿਵਨ ਕੰਡੀਸ਼ਨ ਇਜ਼ ਗਿਵਨ ਟੈਂਪਰੇਚਰ ਐਂਡ ਪ੍ਰੈਸ਼ਰ। ਕਿਸੇ ਖਾਸ ਟੈਂਪਰੇਚਰ ਅਤੇ ਪ੍ਰੈਸ਼ਰ 'ਤੇ ਮੇਰੇ ਸੋਲਵੈਂਟ 'ਚ ਕਿੰਨਾ ਸੋਲਿਊਟ ਵੱਧ ਤੋਂ ਵੱਧ ਘੁਲ ਸਕਦਾ, ਦੈਟ ਇਜ਼ ਕਾਲਡ ਸੋਲੂਬਿਲਿਟੀ। ਠੀਕ ਹੈ ਜੀ, ਹੁਣ ਸੋਲੂਬਿਲਿਟੀ ਕਿਸ ਚੀਜ਼ 'ਤੇ ਡਿਪੈਂਡ ਕਰਦੀ? ਨੰਬਰ ਵਨ, ਨੇਚਰ ਆਫ ਸੋਲਿਊਟ ਐਂਡ ਸੋਲਵੈਂਟ। ਨੇਚਰ ਆਫ ਸੋਲਿਊਟ ਐਂਡ ਸੋਲਵੈਂਟ ਮੈਂ ਪਹਿਲਾਂ ਹੀ ਦੱਸਿਆ, ਨਮਕ ਜਾਂ ਚੀਨੀ ਪਾਣੀ 'ਚ ਘੁਲ ਜਾਂਦੇ ਆ ਪਰ ਬੈਨਜ਼ੀਨ 'ਚ ਨਹੀਂ ਘੁਲਦੇ। ਨੈਫਥਲੀਨ ਫਰਨੈਲ ਅਤੇ ਐਂਥਰਾਸੀਨ ਬੈਨਜ਼ੀਨ 'ਚ ਘੁਲ ਜਾਂਦੇ, ਪਾਣੀ 'ਚ ਨਹੀਂ ਘੁਲਦੇ, ਕਿਉਂਕਿ ਪੋਲਰ ਪੋਲਰ 'ਚ ਘੁਲ ਰਿਹਾ, ਨੋਨ ਪੋਲਰ ਨੋਨ ਪੋਲਰ 'ਚ ਘੁਲ ਰਿਹਾ। ਇਹਨੂੰ ਕਹਿੰਦੇ ਲਾਈਕ ਡਿਜ਼ੋਲਵ ਲਾਈਕ ਡਿਜ਼ੋਲਵ ਲਾਈਕ। ਦੂਸਰਾ ਫੈਕਟਰ ਹੈ ਟੈਂਪਰੇਚਰ। ਸੋਲਿਡ ਦਾ ਲਿਕੁਅਡ 'ਚ ਘੁਲਣਾ ਟੈਂਪਰੇਚਰ 'ਤੇ ਡਿਪੈਂਡ ਕਰਦਾ, ਪਰ ਖਿਆਲ ਰੱਖਿਓ ਕਈ ਸੋਲਿਡ ਲਿਕੁਅਡ 'ਚ ਘੁਲਦੇ ਪ੍ਰੋਸੈਸ ਐਂਡੋਥਰਮਿਕ ਹੈ। ਅਗਰ ਕੋਈ ਸੋਲਿਡ ਲਿਕੁਅਡ 'ਚ ਘੋਲੇ ਪ੍ਰੋਸੈਸ ਐਂਡੋਥਰਮਿਕ ਹੋਵੇ, ਜਿੱਦਾਂ NaNO3 ਨੂੰ ਪਾਣੀ 'ਚ ਘੋਲਿਆ, NaNO3 ਪਾਣੀ 'ਚ ਘੋਲਿਆ, NaNO3 ਘੁਲ ਗਿਆ, ਠੀਕ ਹੈ ਜੀ, ਇਹ ਪ੍ਰੋਸੈਸ ਐਂਡੋਥਰਮਿਕ ਹੈ।
ਜਿਸ ਚੀਜ਼ ਦਾ ਘੁਲਣਾ ਐਂਡੋਥਰਮਿਕ ਹੋਵੇ, ਇਹ ਪ੍ਰੋਸੈਸ ਐਂਡੋਥਰਮਿਕ ਹੈ, ਉਹ ਟੈਂਪਰੇਚਰ ਦੇ ਵਧਣ ਨਾਲ ਸੋਲਬਿਲਿਟੀ ਵਧੇਗੀ। ਯਾਨੀ ਜਿਹਦੇ ਘੁਲਣ ਦਾ ਡੈਲਟਾ 'ਚ ਪੋਜ਼ਿਟਿਵ ਹੋਵੇ ਉੱਥੇ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਵਧੇਗੀ, ਚਾਹੇ NaNO3 ਹੈ, ਚਾਹੇ NH4Cl ਹੈ, ਚਾਹੇ KCl ਹੈ, ਚਾਹੇ AgNO3 ਹੈ। ਇਹ ਜਦੋਂ ਵੀ ਪਾਣੀ 'ਚ ਘੁਲਦੇ ਹੈ ਡੈਲਟਾ H ਪੋਜ਼ਿਟਿਵ ਹੈ, ਇਸ ਕਰਕੇ ਇੱਥੇ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਵਧੇਗੀ। ਸੋ ਕੁਛ ਚੀਜ਼ਾਂ ਪਾਣੀ 'ਚ ਘੁਲਦੀਆਂ, ਉਸ ਕੇਸ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਵਧੇਗੀ। ਲੇਕਿਨ ਕੁਛ ਹੋਰ ਚੀਜ਼ਾਂ ਵੀ ਹੈਗੀਆਂ, ਜਿੱਦਾਂ ਲੀਥੀਅਮ ਸਲਫੇਟ, ਜਿੱਦਾਂ ਸੀਰੀਅਮ ਸਲਫੇਟ, ਠੀਕ ਹੈ ਜੀ, ਜਿੱਦਾਂ Na2SO4.NA2CO3.water, ਕੈਲਸ਼ੀਅਮ ਕਾਰਬੋਨੇਟ, ਇਹ ਘੁਲਦੇ ਆ ਤਾਂ ਹੀਟ ਬਾਹਰ ਨਿਕਲਦੀ ਹੈ। ਜਾਂ ਕੈਲਸ਼ੀਅਮ ਆਕਸਾਈਡ, ਇਹ ਘੁਲਦੇ ਡੈਲਟਾ 'ਚ ਨੈਗੇਟਿਵ ਹੈ। ਜਿਨ੍ਹਾਂ ਦਾ ਘੁਲਣਾ ਐਕਸੋਥਰਮਿਕ ਹੋਵੇ ਉੱਥੇ ਟੈਂਪਰੇਚਰ ਵਧਾਉਣ ਨਾਲ ਸੋਲਬਿਲਿਟੀ ਘਟੇਗੀ, ਟੈਂਪਰੇਚਰ ਘਟਾਉਣ ਨਾਲ ਸੋਲਬਿਲਿਟੀ ਵਧੇਗੀ। ਸੋ ਜਿਹਨੂੰ ਪਾਣੀ 'ਚ ਘੋਲੀਏ ਔਰ ਡੈਲਟਾ 'ਚ ਪੋਜ਼ਿਟਿਵ ਹੋਵੇ ਜਾਂ ਠੰਡਾ ਹੋ ਜਾਂਦਾ ਹੋਵੇ, ਉਸ ਕੇ 'ਚ ਗਰਮ ਕਰਨ ਨਾਲ ਸੋਲਬਿਲਿਟੀ ਵਧੇਗੀ। ਜੇ ਕਿਸੇ ਚੀਜ਼ ਨੂੰ ਪਾਣੀ 'ਚ ਘੋਲੀਏ ਤਾਂ ਪਾਣੀ ਗਰਮ ਹੋ ਜਾਂਦਾ ਹੋਵੇ, ਜਿੱਦਾਂ ਚੂਨੇ ਨੂੰ ਪਾਣੀ 'ਚ ਪਾਓ ਪਾਣੀ ਉਬਲਣ ਲੱਗ ਪੈਂਦਾ। ਸੋ ਜਿਹਨੂੰ ਪਾਣੀ 'ਚ ਪਾਉਣ 'ਤੇ ਪਾਣੀ ਗਰਮ ਹੋ ਜਾਂਦਾ ਹੋਵੇ, ਉਸ 'ਤੇ ਟੈਂਪਰੇਚਰ ਵਧਾਉਣ ਨਾਲ ਸੋਲਬਿਲਿਟੀ ਘਟੇਗੀ। ਯਾਨੀ ਸੋਲਬਿਲਿਟੀ ਟੈਂਪਰੇਚਰ 'ਤੇ ਕਿੱਦਾਂ ਡਿਪੈਂਡ ਕਰਦੀ ਹੈ? ਜੇ ਕਿਸੇ ਦਾ ਘੁਲਣਾ ਐਂਡੋਥਰਮਿਕ ਹੈ ਤਾਂ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਵਧੇਗੀ, ਜੇ ਕਿਸੇ ਦਾ ਘੁਲਣਾ ਐਕਸੋਥਰਮਿਕ ਹੈ ਤਾਂ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਘਟੇਗੀ, ਫਿਰ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਘਟੇਗੀ। ਇੱਕ ਮੇਜਰ ਐਗਜ਼ਾਮਪਲ ਦਿੰਦਾ, Na2SO4 10 water, Na2SO4 10 water, ਇਹਦੀ ਸੋਲਬਿਲਿਟੀ ਦਾ ਗ੍ਰਾਫ ਅਪਲੋਡ ਕੀਤਾ ਮੈਂ, ਆ ਸੋਲਬਿਲਿਟੀ ਅਤੇ ਆ ਟੈਂਪਰੇਚਰ। ਇਹਦਾ ਬੜਾ ਜੀਵਗਰੀ ਗ੍ਰਾਫ ਹੈ, ਗ੍ਰਾਫ ਹੈ ਲਾਈਕ ਦਿਸ। ਯਾਨੀ ਧਿਆਨ ਨਾਲ ਦੇਖੋ, ਜਦੋਂ ਮੈਂ Na2SO4 10 water ਨੂੰ ਪਾਣੀ 'ਚ ਪਾਇਆ, 32.8 degree ਤੱਕ ਸੋਲਬਿਲਿਟੀ ਵੱਧ ਰਹੀ ਹੈ, 32.8 degree ਤੱਕ ਸੋਲਬਿਲਿਟੀ ਵੱਧ ਰਹੀ ਹੈ। ਯਾਨੀ 32.8 degree ਤੱਕ ਇਹਦਾ ਘੁਲਣਾ ਐਂਡੋਥਰਮਿਕ ਹੈ, ਉਹਦੇ ਬਾਅਦ ਸੋਲਬਿਲਿਟੀ ਘੱਟ ਰਹੀ ਹੈ, ਯਾਨੀ ਉਹਦੇ ਬਾਅਦ ਇਹਦਾ ਘੁਲਣਾ ਐਕਸੋਥਰਮਿਕ ਹੈ। ਕਈ ਵਾਰੀ ਕੰਪੀਟੀਸ਼ਨ ਜਾਂਦੇ ਗ੍ਰਾਫ ਕੀ ਸ਼ੋ ਕਰ ਰਿਹਾ, ਇਹ ਗ੍ਰਾਫ ਸ਼ੋ ਕਰ ਰਿਹਾ 32.8 ਤੱਕ ਸੋਲਬਿਲਿਟੀ ਵੱਧ ਰਹੀ ਹੈ ਟੈਂਪਰੇਚਰ ਦੇ ਨਾਲ, ਯਾਨੀ 32.8 degree ਤੱਕ ਇਹ ਐਂਡੋਥਰਮਿਕ ਹੈ, ਉਹਦੇ ਬਾਅਦ ਇਹ ਕੀ ਬਣ ਗਿਆ? ਐਕਸੋਥਰਮਿਕ। ਸੋ ਸੋਡੀਅਮ ਸਲਫੇਟ 10 water ਦਾ ਪਾਣੀ 'ਚ ਘੁਲਣਾ 32.8 degree ਤੱਕ ਤਾਂ ਐਂਡੋਥਰਮਿਕ ਹੈ, ਉਹਦੇ ਬਾਅਦ ਕੀ ਹੈ? ਐਕਸੋਥਰਮਿਕ। ਸੋ ਸੋਲਿਡ ਦੀ ਸੋਲਬਿਲਿਟੀ ਕਿੱਥੇ ਡਿਪੈਂਡ ਕਰਦੀ? ਨੰਬਰ 1 ਨੇਚਰ ਆਫ ਸੋਲਿਡ, ਨੇਚਰ ਆਫ ਲਿਕੁਡ, ਨੰਬਰ 3 ਟੈਂਪਰੇਚਰ। ਪ੍ਰੈਸ਼ਰ 'ਤੇ ਕਿੱਦਾਂ ਡਿਪੈਂਡ ਕਰਦੀ ਹੈ? ਬੇਟਾ ਪ੍ਰੈਸ਼ਰ ਦਾ ਕੋਈ ਖਾਸ ਰੋਲ ਇੱਥੇ ਨਹੀਂ ਹੈ, ਕਿਉਂਕਿ ਸੋਲਿਡ ਆ ਇਨ ਆਲਮੋਸਟ ਇਨਕੰਪ੍ਰੈਸੀਬਲ, ਇਸ ਕਰਕੇ ਪ੍ਰੈਸ਼ਰ ਕੋਈ ਬਹੁਤ ਲੰਬਾ ਚੌੜਾ ਰੋਲ ਪਲੇ ਨਹੀਂ ਕਰਦਾ, ਮਾਮੂਲੀ ਜੀ ਸੋਲਬਿਲਿਟੀ ਚੇਂਜ ਕਰ ਸਕਦਾ, ਲੇਕਿਨ ਅਦਰਵਾਈਜ਼ ਕੋਈ ਖਾਸ ਇਫੈਕਟ ਨਹੀਂ ਹੈ। ਅਗਲਾ ਮੇਰਾ ਹੈਡਿੰਗ ਹੈ ਸੋਲਬਿਲਿਟੀ ਆਫ ਗੈਸਿਸ ਇਨ ਲਿਕੁਡ, ਸੋਲਬਿਲਿਟੀ ਆਫ ਗੈਸ ਇਨ ਲਿਕੁਡ, ਠੀਕ ਹੈ ਜੀ। ਤੁਹਾਨੂੰ ਪਤਾ ਗੈਸਿਸ ਲਿਕੁਡ 'ਚ ਘੁਲ ਕੇ ਹੋਮੋਜੀਨਸ ਸੋਲਿਊਸ਼ਨ ਬਣਾਉਂਦੀ ਹੈ। ਹੁਣ ਤੁਹਾਨੂੰ ਪਤਾ ਕੋਈ ਗੈਸ ਘੱਟ ਘੁਲੇਗੀ, ਕੋਈ ਜ਼ਿਆਦਾ ਘੁਲੇਗੀ। ਜਿੱਦਾਂ ਆਕਸੀਜਨ ਪਾਣੀ 'ਚ ਘੱਟ ਘੁਲਦੀ ਹੈ ਪਰ ਥੋੜ੍ਹੀ ਘੁਲਦੀ ਹੈ, ਤਾਂ ਹੀ ਤਾਂ ਮੱਛੀਆਂ ਪਾਣੀ 'ਚ ਰਹਿ ਰਹੀਆਂ। ਆਕਸੀਜਨ ਬੇਸ਼ੱਕ ਘੱਟ ਘੁਲਦੀ ਹੈ, ਲੇਕਿਨ ਐਕਵੈਟਿਕ ਲਾਈਫ 'ਚ ਮਦਦ ਕਰ ਦਿੰਦੀ ਹੈ, ਠੀਕ ਹੈ। ਸੋ ਸੋਲਬਿਲਿਟੀ ਆਫ ਗੈਸ ਇਨ ਲਿਕੁਡ, ਗੈਸਿਸ ਲਿਕੁਡ 'ਚ ਘੁਲ ਕੇ ਹੋਮੋਜੀਨਸ ਸੋਲਿਊਸ਼ਨ ਬਣਾਉਂਦੀ ਹੈ। ਹੁਣ ਗੈਸਿਸ ਦੀ ਸੋਲਬਿਲਿਟੀ ਕਿਸ ਚੀਜ਼ 'ਤੇ ਡਿਪੈਂਡ ਕਰੇਗੀ? ਨੰਬਰ 1 ਨੇਚਰ ਆਫ ਗੈਸ, ਨੰਬਰ 2 ਨੇਚਰ ਆਫ ਲਿਕੁਡ, ਨੰਬਰ 3 ਟੈਂਪਰੇਚਰ, ਨੰਬਰ 4 ਪ੍ਰੈਸ਼ਰ। ਗੈਸਿਸ ਦੀ ਸੋਲਬਿਲਿਟੀ ਲਿਕੁਡ 'ਚ ਕਿਸ ਚੀਜ਼ 'ਤੇ ਡਿਪੈਂਡ ਕਰੇਗੀ? ਗੈਸ ਕਿੱਦਾਂ ਦੀ ਹੈ, ਲਿਕੁਡ ਕਿੱਦਾਂ ਦਾ, ਟੈਂਪਰੇਚਰ ਅਤੇ ਪ੍ਰੈਸ਼ਰ। ਇਹ 'ਚ ਮੈਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਟੈਂਪਰੇਚਰ ਅਤੇ ਪ੍ਰੈਸ਼ਰ, ਪਹਿਲਾਂ ਇਫੈਕਟ ਆਫ ਟੈਂਪਰੇਚਰ। ਤੁਹਾਨੂੰ ਪਤਾ ਟੈਂਪਰੇਚਰ ਵਧਾਉਣ ਨਾਲ ਗੈਸ ਦੀ ਸੋਲਬਿਲਿਟੀ ਘੱਟਦੀ ਹੈ, ਟੈਂਪਰੇਚਰ ਵਧਾਉਣ ਨਾਲ ਵੀ ਪਾਣੀ 'ਚ ਆਕਸੀਜਨ ਘੋਲੀ ਗਰਮ ਕਰ ਦੇਗੀ, ਆਕਸੀਜਨ ਉੱਡ ਜਾਏਗੀ। ਟੈਂਪਰੇਚਰ ਵਧਾਉਣ ਨਾਲ ਗੈਸ ਦੀ ਸੋਲਬਿਲਿਟੀ ਘੱਟਦੀ ਹੈ, ਇਸੇ ਕਰਕੇ ਐਕੁਐਟਿਕ ਐਨੀਮਲ ਠੰਡੇ ਪਾਣੀ 'ਚ ਰਹਿ ਲੈਂਦੇ ਹੈ, ਕਿਉਂਕਿ ਠੰਡੇ ਪਾਣੀ 'ਚ ਆਕਸੀਜਨ ਜ਼ਿਆਦਾ ਹੋਏਗੀ, ਗਰਮ ਪਾਣੀ ਸਾਨੂੰ ਐਕੁਐਟਿਕ ਐਨੀਮਲ ਨਜ਼ਰ ਨਹੀਂ ਆਉਣਗੇ, ਕਿਉਂਕਿ ਗਰਮ ਪਾਣੀ 'ਚ ਆਕਸੀਜਨ ਉੱਡ ਜਾਣੀ ਹੈ।
ਗੈਸ ਗਰਮ ਕਰਨ 'ਤੇ ਗੈਸ ਭੱਜ ਜਾਂਦੀ ਆ, ਗਰਮ ਕਰਨ 'ਤੇ ਗੈਸ ਦੀ ਸੋਲਵਿਲਿਟੀ ਘੱਟਦੀ ਹੈ। ਕੋਕ ਨੂੰ ਪਤੀਲੇ 'ਚ ਪਾ ਕੇ ਗਰਮ ਕਰ ਦਿਓ, ਸਾਰੀ CO2 ਜਲਦੀ ਬਾਹਰ ਨਿਕਲ ਜਾਏਗੀ। ਸੋ ਗਰਮ ਕਰਨ 'ਤੇ ਗੈਸ ਦੀ ਸੋਲਵਿਲਿਟੀ ਘੱਟਦੀ ਹੈ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਗੈਸਿਸ ਦਾ ਘੁਲਣਾ, ਐਕਸੋਥਰਮਿਕ ਪ੍ਰੋਸੈਸ ਹੈ। ਗੈਸਿਸ ਦਾ ਘੁਲਣਾ ਐਕਸੋਥਰਮਿਕ ਪ੍ਰੋਸੈਸ ਹੈ, ਇਸ ਕਰਕੇ ਗਰਮ ਕਰੋਗੇ ਘੁਲਣਾ ਘਟੇਗਾ, ਯਾਨੀ ਗੈਸ ਭੱਜ ਜਾਏਗੀ। ਹਾਂ, ਕੁਛ ਗੈਸਿਸ ਮੈਂ ਤੁਹਾਨੂੰ ਦੱਸਦਾ, ਕੁਛ ਗੈਸਿਸ ਹਾਈਡਰੋਜਨ ਅਤੇ ਨੋਬਲ ਗੈਸਿਸ ਹੈ, ਹਾਈਡਰੋਜਨ ਅਤੇ ਨੋਬਲ ਗੈਸਿਸ, ਇਹਨਾਂ ਦੀ ਸੋਲਬਿਲਿਟੀ ਮਾਮੂਲੀ ਇਨਕਰੀਜ਼ ਕਰਦੀ ਹੈ ਵਿਦ ਇਨਕਰੀਜ਼ ਇਨ ਟੈਂਪਰੇਚਰ। ਇਹਨਾਂ ਹਾਈਡਰੋਜਨ ਅਤੇ ਹੀਲੀਅਮ ਵਗੈਰਾ, ਇਹਦੀ ਸੋਲਬਿਲਿਟੀ ਮਾੜਾ ਜਿਹਾ ਟੈਂਪਰੇਚਰ ਵਧਾਉਣ 'ਤੇ ਵੱਧਦੀ ਹੈ, ਕਿਉਂਕਿ ਇਹਦਾ ਘੁਲਣਾ ਐਂਡੋਥਰਮਿਕ ਹੈ। ਵੈਸੇ NCERT ਨੇ ਐਗਜ਼ਾਮਪਲ ਸ਼ਾਇਦ ਨਹੀਂ ਦਿੱਤੀ, ਪਰ ਤੁਹਾਨੂੰ ਦੱਸ ਦੇਵਾਂ, ਆਮ ਤੌਰ 'ਤੇ ਗੈਸਿਸ ਜੇ ਪਾਣੀ 'ਚ ਘੁਲੀਆਂ ਹੋਈਆਂ, ਗਰਮ ਕਰੋਗੇ ਗੈਸਾਂ ਭੱਜ ਜਾਣਗੀਆਂ, ਗੈਸ ਦੀ ਸੋਲਬਿਲਿਟੀ ਘੱਟਦੀ ਹੈ, ਕਿਉਂਕਿ ਗੈਸ ਦਾ ਘੁਲਣਾ ਐਕਸੋਥਰਮਿਕ ਹੈ। ਲੇਕਿਨ ਹਾਈਡਰੋਜਨ ਹੋ ਗਿਆ, ਹੀਲੀਅਮ ਵਗੈਰਾ ਹੋ ਗਿਆ, ਗਰਮ ਕਰਨ 'ਤੇ ਇਹਦੀ ਸੋਲਬਿਲਿਟੀ ਆਮ ਤੌਰ 'ਤੇ ਵਧਦੀ ਹੈ। ਹੀਲੀਅਮ ਆਮ ਤੌਰ 'ਤੇ ਹੌਟ ਵਾਟਰ ਸਪ੍ਰਿੰਗ 'ਚ ਨਜ਼ਰ ਆਉਂਦੀ ਹੈ, ਇਹਨਾਂ ਦੀ ਸੋਲਬਿਲਿਟੀ ਮਾਮੂਲੀ ਵੱਧਦੀ ਹੈ, ਕਿਉਂਕਿ ਇਹਨਾਂ ਦਾ ਘੁਲਣਾ ਐਂਡੋਥਰਮਿਕ ਪ੍ਰੋਸੈਸ ਹੈ। ਦਿਸ ਇਫੈਕਟ ਆਫ ਟੈਂਪਰੇਚਰ, ਠੀਕ ਹੈ। ਗਰਮ ਕਰਨ 'ਤੇ ਧਿਆਨ ਨਾਲ ਸੁਣੋ, ਗਰਮ ਕਰਨ 'ਤੇ ਗੈਸ ਦੀ ਸੋਲਬਿਲਿਟੀ ਘੱਟਦੀ ਹੈ, ਗੈਸ ਭੱਜ ਜਾਏਗੀ ਪਾਣੀ 'ਚੋਂ, ਕਿਉਂਕਿ ਗੈਸ ਦਾ ਘੁਲਣਾ ਐਕਸੋਥਰਮਿਕ ਪ੍ਰੋਸੈਸ ਹੈ। ਲੇਕਿਨ ਹਾਈਡਰੋਜਨ ਜਾਂ ਨੋਬਲ ਗੈਸ ਦਾ ਘੁਲਣਾ ਮਾਮੂਲੀ ਐਂਡੋਥਰਮਿਕ ਹੈ, ਇਸ ਕਰਕੇ ਟੈਂਪਰੇਚਰ ਵਧਾਉਣ ਨਾਲ ਇਹਨਾਂ ਦੀ ਸੋਲਬਿਲਿਟੀ ਮਾਮੂਲੀ ਜਿਹੀ ਵਧੇਗੀ। ਅਗਲਾ ਹੈਡਿੰਗ ਹੈ ਇਫੈਕਟ ਆਫ ਪ੍ਰੈਸ਼ਰ, ਇਫੈਕਟ ਆਫ ਪ੍ਰੈਸ਼ਰ। ਪ੍ਰੈਸ਼ਰ ਵਧਾਉਣ 'ਤੇ ਗੈਸ ਦੀ ਸੋਲਬਿਲਿਟੀ ਦਾ ਕੀ ਹੋਏਗਾ? ਇਫੈਕਟ ਆਫ ਪ੍ਰੈਸ਼ਰ, ਬੇਟਾ ਪ੍ਰੈਸ਼ਰ ਵਧਾਉਣ ਨਾਲ ਗੈਸ ਜ਼ਿਆਦਾ ਘੁਲੇਗੀ, ਪ੍ਰੈਸ਼ਰ ਵਧਾਉਣ ਨਾਲ ਗੈਸ ਜ਼ਿਆਦਾ ਘੁਲੇਗੀ। ਇਹ 'ਚ ਆ ਗਿਆ ਹੈਨਰੀਜ਼ਲਾ ਕਹਿੰਦਾ ਕਿ ਜਿੰਨਾ ਪ੍ਰੈਸ਼ਰ ਜ਼ਿਆਦਾ ਵਧਾਓਗੇ ਉਨੀ ਗੈਸ ਦੀ ਸੋਲਬਿਲਿਟੀ ਵਧੇਗੀ। ਅਮਾਊਂਟ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਐਮ ਇਜ਼ ਪ੍ਰੋਪੋਰਸ਼ਨਲ ਟੂ ਪੀ, ਮਾਸ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ ਐਂਡ ਐਮ ਇਜ਼ KP। ਮਾਸ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ ਔਰ ਮਾਸ ਇਜ਼ ਇਕੁਅਲ ਟੂ KP। ਕੇ ਇਜ਼ ਅ ਕੋਂਸਟੈਂਟ, ਰਿਮੈਂਬਰ ਹੈਨਰੀ ਲਾਅ ਦਿੱਤਾ, ਪਰ ਇਸ ਕੇ ਨੂੰ ਹੈਨਰੀਜ਼ ਕੋਂਸਟੈਂਟ ਨਹੀਂ ਕਹਿੰਦੇ। ਹੈਨਰੀ ਲਾਅ ਕਹਿੰਦਾ ਜਿੰਨਾ ਪ੍ਰੈਸ਼ਰ ਜ਼ਿਆਦਾ ਅਪਲਾਈ ਕਰੋਗੇ ਉਨੀ ਗੈਸ ਜ਼ਿਆਦਾ ਘੁਲੇਗੀ। ਕੋਕ ਵਾਲੇ ਜ਼ਿਆਦਾ ਪ੍ਰੈਸ਼ਰ ਅਪਲਾਈ ਕਰਦੇ, ਇਸ ਕਰਕੇ ਕੋਕ 'ਚ ਜ਼ਿਆਦਾ CO2 ਹੁੰਦੀ ਹੈ। ਲਿਮਕਾ ਵਾਲੇ ਘੱਟ ਪ੍ਰੈਸ਼ਰ ਅਪਲਾਈ ਕਰਦੇ, ਲਿਮਕਾ 'ਚ ਘੱਟ CO2 ਹੁੰਦੀ ਹੈ। ਮਾਊਂਟਨ ਡਿਊ ਵਾਲੇ ਹੋਰ ਵੀ ਘੱਟ ਪ੍ਰੈਸ਼ਰ ਅਪਲਾਈ ਕਰਦੇ, ਉਹ 'ਚ ਹੋਰ ਵੀ ਘੱਟ CO2 ਹੁੰਦੀ ਹੈ। ਥੰਬਸਅਪ ਵਾਲੇ ਬਹੁਤ ਜ਼ਿਆਦਾ ਪ੍ਰੈਸ਼ਰ ਅਪਲਾਈ ਕਰਦੇ, ਉਹ 'ਚ ਬਹੁਤ ਜ਼ਿਆਦਾ CO2 ਹੁੰਦੀ ਹੈ। ਜਿੰਨਾ ਪ੍ਰੈਸ਼ਰ ਜ਼ਿਆਦਾ ਅਪਲਾਈ ਕਰੋਗੇ ਉਨੀ ਗੈਸ ਜ਼ਿਆਦਾ ਘੁਲੇਗੀ। ਅੱਛਾ, ਜਦੋਂ ਹੈਨਰੀ ਐਕਸਪੈਰੀਮੈਂਟ ਕਰ ਰਿਹਾ ਸੀ, ਉਸ ਵੇਲੇ ਡਾਲਟਨ ਵੀ ਐਕਸਪੈਰੀਮੈਂਟ ਕਰ ਰਿਹਾ ਸੀ। ਡਾਲਟਨ ਨੇ ਕੀ ਕਿਹਾ? ਡਾਲਟਨ ਨੇ ਇਹ ਕਿਹਾ ਕਿ ਜਿਹੜੀ ਗੈਸ ਘੁਲਦੀ ਉਹ ਪ੍ਰੈਸ਼ਰ 'ਤੇ ਡਿਪੈਂਡ ਕਰੇਗੀ, ਪਰ ਉਹਨੇ ਕਿਹਾ ਸੀ ਮਾਸ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਉਹਨੇ ਕਿਹਾ ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਔਰ ਐਕਸ ਇਜ਼ ਕੇ ਡੈਸ਼ ਇਨ ਟੂ ਪੀ। ਵਟ ਇਜ਼ ਪੀ? 1/K' ਇਨ ਟੂ ਐਕਸ। ਵਟ ਇਜ਼ ਪੀ? 1/K' ਇਨ ਟੂ ਐਕਸ, ਅਤੇ 1/K' ਪੀ ਇਜ਼ 1/K' ਇਜ਼ KH। KH ਇਜ਼ ਹੈਨਰੀਜ਼ ਕੋਂਸਟੈਂਟ, ਰਿਮੈਂਬਰ ਹੈਨਰੀਜ਼ ਕੋਂਸਟੈਂਟ ਹੈਨਰੀਜ਼ ਲਾਅ 'ਚ ਨਹੀਂ ਹੈ। ਦੁਬਾਰਾ ਸੁਣ ਲਓ, ਹੈਨਰੀ ਲਾਅ ਕਹਿੰਦਾ ਸੀ ਅਮਾਊਂਟ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਪਰ ਇਹਦਾ ਅਮਾਊਂਟ ਨਾਲ ਮਤਲਬ ਹੈ ਮਾਸ, ਮਾਸ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਪ੍ਰੈਸ਼ਰ, ਔਰ ਐਮ ਇਜ਼ ਇਕੁਅਲ ਟੂ KP। ਹੇਅਰ K ਇਜ਼ ਏ ਕੋਂਸਟੈਂਟ, ਹੈਨਰੀ ਲਾਅ ਨੇ ਦਿੱਤਾ, ਪਰ ਇਹ ਹੈਨਰੀ ਕੋਂਸਟੈਂਟ ਨਹੀਂ ਹੈ। ਡਾਲਟਨ ਕੀ ਕਹਿੰਦਾ? ਉਹ ਵੀ ਕਹਿੰਦਾ ਜਿੰਨਾ ਪ੍ਰੈਸ਼ਰ ਅਪਲਾਈ ਕਰੋਗੇ ਉਨੀ ਗੈਸ ਜ਼ਿਆਦਾ ਘੁਲੇਗੀ, ਪਰ ਉਹਨੇ ਕਿਹਾ ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਔਰ ਐਕਸ ਇਜ਼ ਇਕੁਅਲ ਟੂ KP। ਵਟ ਇਜ਼ ਪੀ? 1/K ਇਨ ਟੂ ਐਕਸ, ਅਤੇ 1/K ਨੂੰ ਨਵਾਂ ਕੋਂਸਟੈਂਟ ਕਹਿੰਦਾ ਹੈਨਰੀਜ਼ ਕੋਂਸਟੈਂਟ। ਸੋ ਪੀ ਇਜ਼ KH ਇਨ ਟੂ ਐਕਸ। ਰਿਮੈਂਬਰ ਜਿੰਨਾ ਹੈਨਰੀਜ਼ ਕੋਂਸਟੈਂਟ ਜ਼ਿਆਦਾ ਹੋਏਗਾ ਉਨੀ ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵ ਘੱਟ ਹੋਏਗੀ, ਜਿੰਨਾ ਇਹ ਵੱਧ ਗਿਆ ਘੱਟ ਗਿਆ। ਸੋ ਜਿੰਨਾ ਹੈਨਰੀਜ਼ ਕੋਂਸਟੈਂਟ ਜ਼ਿਆਦਾ ਹੋਏਗਾ, ਧਿਆਨ ਨਾਲ ਸੁਣੋ, ਜਿੰਨਾ ਕਿਸੇ ਗੈਸ ਦਾ ਹੈਨਰੀਜ਼ ਕੋਂਸਟੈਂਟ ਜ਼ਿਆਦਾ ਉਨੀ ਸੋਲਬਿਲਿਟੀ ਘੱਟ। ਓਬਜੈਕਟਿਵ ਚਾਹੁੰਦਾ 3-4 ਗੈਸਾਂ ਦਾ ਹੈਨਰੀ ਕੋਂਸਟੈਂਟ ਦਿੱਤਾ, ਕਹਿੰਦਾ ਕਿਹੜੀ ਜ਼ਿਆਦਾ ਘੁਲੇਗੀ? ਜਿਹਦਾ ਹੈਨਰੀ ਕੋਂਸਟੈਂਟ ਘੱਟ
ਉਹ ਜ਼ਿਆਦਾ ਘੁਲੇਗੀ। ਲੈਸਰ ਕੇ ਐਚ ਮੋਰ ਇਜ਼ ਸੋਲੂਬਿਲਿਟੀ ਆਫ ਗੈਸ, ਲੈਸਰ ਕੇ ਐਚ ਮੋਰ ਇਜ਼ ਸੋਲੂਬਿਲਿਟੀ ਆਫ ਗੈਸ। ਸੋ ਧਿਆਨ ਨਾਲ ਗੈਸ ਦੀ ਸੋਲੂਬਿਲਿਟੀ ਕਿਸ ਕਿਸ ਚੀਜ਼ 'ਤੇ ਡਿਪੈਂਡ ਕਰਦੀ, ਨੰਬਰ ਵਨ ਨੇਚਰ ਆਫ ਗੈਸ ਕਿੱਦਾਂ ਦੀ ਗੈਸ ਹੈ, ਨੰਬਰ ਟੂ ਨੇਚਰ ਆਫ ਲਿਕੁਇਡ ਕੋਈ ਚੱਕਰ ਨਹੀਂ, ਨੰਬਰ ਥ੍ਰੀ ਟੈਂਪਰੇਚਰ, ਜਿੰਨਾ ਟੈਂਪਰੇਚਰ ਵਧਾਓਗੇ ਗੈਸ ਦੀ ਸੋਲੂਬਿਲਿਟੀ ਘਟੇਗੀ 99.9%। ਇਹੀ ਠੀਕ ਹੈ ਕਿ ਟੈਂਪਰੇਚਰ ਦਾ ਨਾ ਗੈਸਾਂ ਭੱਜ ਜਾਂਦੀਆਂ ਬਾਹਰ, ਸੋਲੂਬਿਲਿਟੀ ਘਟੇਗੀ ਕਿਉਂਕਿ ਗੈਸ ਦਾ ਕੁੱਲਾ ਐਕਸੋਥਰਮਿਕ ਹੈ। ਲੇਕਿਨ ਹਾਈਡਰੋਜਨ ਜਾਂ ਹੀਲੀਅਮ ਦੇ ਕੇਸ 'ਚ ਟੈਂਪਰੇਚਰ ਵਧਾਉਣ ਨਾਲ ਗੈਸ ਦੀ ਸੋਲੂਬਿਲਿਟੀ ਵਧਦੀ ਹੈ ਕਿਉਂਕਿ ਹਾਈਡਰੋਜਨ ਅਤੇ ਹੀਲੀਅਮ ਦਾ ਕੁੱਲਾ ਐਂਡੋਥਰਮਿਕ ਪ੍ਰੋਸੈਸ ਹੈ, ਉਹਨਾਂ ਦੀ ਸੋਲੂਬਿਲਿਟੀ ਵਧੇਗੀ। ਠੀਕ ਹੈ ਜੀ। ਸੋ ਫਿਰ ਆ ਗਿਆ ਪ੍ਰੈਸ਼ਰ ਦਾ ਇਫੈਕਟ। ਹੈਨਰੀ ਨੇ ਕਿਹਾ ਮਾ ਅਮਾਊਂਟ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਯਾਨੀ ਮਾਸ ਇਜ਼ ਪ੍ਰੋਪੋਰਸ਼ਨਲ ਟੂ ਪੀ ਔਰ ਐਮ ਇਜ਼ ਇਕੁਅਲ ਟੂ ਕੇ ਪੀ, ਕੇ ਇਜ਼ ਏ ਕੋਂਸਟੈਂਟ। ਲੇਕਿਨ ਉਸ ਵੇਲੇ ਡਾਲਟਨ ਐਕਸਪੈਰੀਮੈਂਟ ਕਰ ਰਿਹਾ ਸੀ, ਉਹਨੇ ਕਿਹਾ ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ ਔਰ ਐਕਸ ਇਜ਼ ਇਕੁਅਲ ਟੂ ਕੇ ਇੰਟੂ ਪੀ। ਵਟ ਇਜ਼ ਪੀ? 1/k × x। ਦਿਸ 1/k ਇਜ਼ ਅਨਦਰ ਕੋਂਸਟੈਂਟ, ਇਹਨੂੰ ਕਹੀਦਾ ਹੈਨਰੀ ਇਜ਼ ਕੋਂਸਟੈਂਟ। ਪੀ ਇਜ਼ ਕੇ ਐਚ ਇੰਟੂ ਐਕਸ, ਕੇ ਐਚ ਇਜ਼ ਹੈਨਰੀ ਇਜ਼ ਕੋਂਸਟੈਂਟ। ਬਿੱਗਰ ਦਾ ਕੇ ਐਚ ਲੋਅਰ ਇਜ਼ ਦਾ ਸੋਲਬਿਲਿਟੀ, ਜਿੰਨਾ ਕੇ ਐਚ ਘੱਟ ਹੈ ਉਨੀ ਸੋਲਬਿਲਿਟੀ ਜ਼ਿਆਦਾ ਹੈ। ਯਾਨੀ ਮੇਰੇ ਕੋਲ ਦੋ ਫਾਰਮੂਲਾ ਹੈਗੇ, ਇੱਕ ਹੈਗਾ ਐਮ ਇਜ਼ ਇਕੁਅਲ ਟੂ ਕੇ ਪੀ, ਦੂਸਰਾ ਹੈਗਾ ਪੀ ਇਜ਼ ਕੇ ਐਚ ਇੰਟੂ ਐਕਸ। ਇਹ ਦੋ ਫਾਰਮੂਲੇ ਆ ਗਏ। ਐਕਸ ਇਜ਼ ਮੋਲ ਫ੍ਰੈਕਸ਼ਨ, ਠੀਕ ਹੈ। ਹੈਨਰੀ ਦਾ ਲਾ ਦੀ ਲਿਮਿਟੇਸ਼ਨ ਕੀ ਹੈ? ਹੈਨਰੀ ਦਾ ਲਿਮਿਟੇਸ਼ਨ ਹੈ, ਹੈਨਰੀ ਲਾ ਵੈਲਿਡ ਹੈ ਜੇ ਪ੍ਰੈਸ਼ਰ ਲੋਅ ਹੋਵੇ। ਜੇ ਪ੍ਰੈਸ਼ਰ ਘੱਟ ਹੈ ਤੁਸੀਂ ਪ੍ਰੈਸ਼ਰ ਵਧਾਓਗੇ ਸੋਲਬਿਲਿਟੀ ਵਧੇਗੀ। ਜੇ ਪ੍ਰੈਸ਼ਰ ਵਧਾ ਪਹਿਲਾਂ ਹੀ ਬਹੁਤ ਵਧਾ ਚੁੱਕੇ ਹੋ ਫਿਰ ਹੋਰ ਪ੍ਰੈਸ਼ਰ ਵਧਾਉਣ ਨਾਲ ਸੋਲਬਿਲਿਟੀ ਨਹੀਂ ਵਧੇਗੀ। ਹੈਨਰੀ ਲਾ ਵੈਲਿਡ ਹੈ ਜੇ ਪ੍ਰੈਸ਼ਰ ਲੋ ਹੈ। ਜੇ ਤੁਸੀਂ ਪਹਿਲਾਂ ਹੀ ਪ੍ਰੈਸ਼ਰ ਬਹੁਤ ਵਧਾ ਚੁੱਕੇ ਹੋ ਫਿਰ ਹੋਰ ਪ੍ਰੈਸ਼ਰ ਵਧਾਉਣ ਨਾਲ ਕੋਈ ਫਰਕ ਨਹੀਂ ਪਏਗਾ। ਜਿੱਦਾਂ ਤੁਹਾਡੇ ਮੰਮੀ ਕਿਸੇ ਦੁਕਾਨਦਾਰ ਕੋਲ ਸਮਾਨ ਖਰੀਦਣ ਜਾਣ, ਕੋਈ ਸਮਾਨ ਖਰੀਦਣ ਜਾਣ, ਉਹ ਕਹਿੰਦਾ ਭੈਣ ਜੀ ਇਹ ਚੀਜ਼ 200 ਰੁਪਏ ਦੀ ਹੈ, ਤੁਹਾਡਾ ਮੰਮੀ ਕਹਿੰਦੇ ਨਹੀਂ ਭਾਈ ਘੱਟ ਲਾ, ਪੱਟ ਘੱਟ ਲਾ, ਘੱਟ ਲਾ ਲਾ ਕੇ ਵਿਚਾਰਾ ਅੜ ਅੜ ਕੇ ਉਹ ਕਹਿੰਦਾ ਜੀ ਲਾਸਟ ਮੈਂ 150 'ਤੇ ਦੇ ਦੂੰਗਾ। ਉਹ ਆਦਮੀ ਕਹਿੰਦਾ ਭੈਣ ਜੀ ਮੈਨੂੰ ਇੱਥੋਂ ਘੱਟ ਪੁੱਗਦੇ ਨੇ, ਮੈਂ 150 'ਤੇ ਦੇ ਦੂੰਗਾ, 150 'ਤੇ ਦੇ ਦੂੰਗਾ। ਤੁਹਾਡੇ ਮੰਮੀ ਫਿਰ ਕਿਸੇ ਨੂੰ ਫੋਨ ਕਰਦੇ ਆ, ਫੋਨ ਕਰਦੇ ਭਾਜੀ ਤੁਸੀਂ ਕਹਿੰਦੇ ਸਾਡੇ ਬੰਦੇ ਖਾਸ ਹੈ, ਠੀਕ ਹੈ ਇਹ ਤੋਂ ਜਦੋਂ ਕਹੋਗੇ ਮੈਂ ਘੱਟ ਕਰਵਾ ਦੂੰਗਾ, ਇਹ 150 ਦੀ ਚੀਜ਼ ਤਾਂ ਦਿੰਦਾ ਤੁਸੀਂ ਘੱਟ ਕਰਵਾਓ। ਦੁਕਾਨਦਾਰ ਕਹਿੰਦਾ ਭੈਣ ਜੀ ਫੋਨ ਰੱਖੋ, ਤੁਸੀਂ 200 ਤੋਂ 150 'ਤੇ ਤਾਂ ਆਲਰੇਡੀ ਲੈ ਕੇ ਆ ਚੁੱਕੇ ਹੋ, ਹੋਰ ਮੈਂ ਕਿੰਨਾ ਘਟਾ ਦੇਵਾਂ? ਯਾਨੀ ਜੇ ਤੁਹਾਡੇ ਮੰਮੀ 200 'ਤੇ ਕਿਸੇ ਨੂੰ ਫੋਨ ਕਰਦੇ ਤਾਂ ਉਹ ਤਾਂ ਘਟਵਾ ਦਿੰਦਾ, ਜੇ ਪਹਿਲਾਂ ਹੀ ਦੁਕਾਨਦਾਰ ਨੂੰ ਤੁੰਨ ਚੁੱਕੇ ਹੋ 150 'ਤੇ ਪਹਿਲਾਂ ਹੀ ਆ ਚੁੱਕੇ ਹੋ ਹੋਰ ਕੀ ਕਰ ਲਓਗੇ? ਯਾਨੀ ਜੇ ਪ੍ਰੈਸ਼ਰ ਲੋਅ ਹੈ ਫਿਰ ਤਾਂ ਹੈਨਰੀ ਦਾ ਪ੍ਰੈਸ਼ਰ ਵਧਾਉਣ ਨਾਲ ਸੋਲਬਿਲਿਟੀ ਵਧੇਗੀ, ਪਰ ਜੇ ਪ੍ਰੈਸ਼ਰ ਪਹਿਲਾਂ ਹੀ ਬਹੁਤ ਵੱਧ ਹੈ ਫਿਰ ਹੋਰ ਵਧਾ ਦੋ ਕੀ ਹੋਏਗਾ? ਬਈ ਮਰੇ ਹੋਏ ਬੰਦੇ ਨੂੰ 2 ਗੋਲੀਆਂ ਹੋਰ ਵੀ ਮਾਰ ਦਿਓ ਫਿਰ ਕੀ ਕਰ ਲਓਗੇ? ਫਿਰ ਵੀ ਤਾਂ ਮਰਨਾ ਹੀ, ਹੁਣ ਮਰੇ ਹੀ ਹੋਇਆ। ਸੋ ਹੈਨਰੀ ਲਾ ਵੈਲਿਡ ਅਗਰ ਪ੍ਰੈਸ਼ਰ ਲੋਅ ਹੋਵੇ ਤੇ ਜੇ ਪ੍ਰੈਸ਼ਰ ਦੀ ਪਹਿਲਾਂ ਹੀ ਅਤੀ ਕਰ ਚੁੱਕੇ ਹੋ ਫਿਰ ਹੋਰ ਪ੍ਰੈਸ਼ਰ ਵਧਾਉਣ ਨਾਲ ਕੋਈ ਫਰਕ ਨਹੀਂ ਪੈਣਾ। ਦੂਸਰਾ, ਹੈਨਰੀ ਲਾ ਵੈਲਿਡ ਹੈ ਜੇ ਗੈਸ ਹਾਈਲੀ ਸੋਲੂਬਲ ਨਾ ਹੋਵੇ, ਕਿਉਂਕਿ ਜੇ ਗੈਸ ਹਾਈਲੀ ਸੋਲੂਬਲ ਹੈ ਤਾਂ ਪਹਿਲਾਂ ਹੀ ਘੁਲ ਚੁੱਕੀ ਹੈ। ਜੇ ਪਹਿਲਾਂ ਹੀ ਘੁਲ ਚੁੱਕੀ ਹੈ ਤੇ ਫਿਰ ਉਹਨੂੰ ਹੋਰ ਕਿੱਦਾਂ ਘੋਲੋਗੇ? ਮੈਂ ਕਿਸੇ ਨੂੰ ਕਹਿੰਦਾ ਯਾਰ ਤੂੰ ਮੇਰੇ ਨਾਲ ਚੱਲ ਅੱਜ ਨਾ ਦਿੱਲੀ ਚੱਲ, ਉਹ ਕਹਿੰਦਾ ਹਾਂਜੀ ਭਾਜੀ ਮੈਂ ਚੱਲਦਾ। ਮੈਂ ਕਿਹਾ ਚੱਲ ਮੇਰੇ ਨਾਲ ਦਿੱਲੀ ਚੱਲ, ਉਹ ਕਹਿੰਦਾ ਹਾਂਜੀ ਭਾਜੀ ਚੱਲੋ ਮੈਂ ਚੱਲ ਰਿਹਾ। ਮੈਂ ਕਿਹਾ ਨਹੀਂ ਮੈਂ ਤੈਨੂੰ ਉੱਥੋਂ ਫੋਨ ਕਰਵਾਉਂਦਾ ਤੈਨੂੰ ਜਾਣਾ ਹੀ ਪੈਣਾ, ਉਹ ਕਹਿੰਦਾ ਭਾਜੀ ਮੈਂ ਤਾਂ ਜਾਣਾ ਹੀ ਪਿਆ। ਮੇਰੀ ਗੱਲ ਸੁਣਗੇ, ਜੇ ਗੈਸ ਆਪ ਹੀ ਘੁਲਦੀ ਪਈ ਹੈ ਤਾਂ ਪ੍ਰੈਸ਼ਰ ਵੀ ਕੀ ਕਰ ਲਓ? ਸੋ ਹੈਨਰੀ ਲਾ ਵੈਲਿਡ ਨਹੀਂ ਹੈ। ਹੈਨਰੀ ਲਾ ਕਹਿੰਦਾ ਪ੍ਰੈਸ਼ਰ ਪਾਓਗੇ ਗੈਸ ਜ਼ਿਆਦਾ ਘੁਲੇਗੀ, ਪਰ ਜੇ ਪਹਿਲਾਂ ਹੀ ਘੁਲ ਚੁੱਕੀ ਹੈ ਫਿਰ ਪ੍ਰੈਸ਼ਰ ਕੀ ਕਰ ਲਊਗਾ? ਜਿਹੜਾ ਬੱਚਾ ਘੱਟ ਪੜ੍ਹਦਾਵੇ ਕਰਦੇ ਕਹਿੰਦੇ ਬੇਟਾ ਪੜ੍ਹ ਪੜ੍ਹ ਪੜ੍ਹ, ਜੇ ਬੱਚਾ ਆਪ ਹੀ ਬਹੁਤ ਪੜ੍ਹੀ ਜਾ ਰਿਹਾ ਜਦੋਂ ਵਿਹਲਾ ਬੈਠਾ ਪੜ੍ਹੀ ਜਾਂਦਾ, ਹੁਣ ਘਰ ਦੇ ਵੀ ਉਹਦੇ ਕੀ ਕਰ ਲੈਣਗੇ? ਕਿੰਨਾ ਪ੍ਰੈਸ਼ਰ ਪਾ ਦੇਣਗੇ ਉੱਤੇ? ਹੈਨਰੀ ਲਾ ਤਾਂ ਵੈਲਿਡ ਹੈ ਜੇ ਗੈਸ ਆਪ ਹਾਈਲੀ ਸੋਲੂਬਲ ਨਾ ਹੋਵੇ, ਤੇ ਜੇ ਗੈਸ ਆਪ ਹੀ ਘੁਲੀ ਜਾਂਦੀ ਹੈ ਫਿਰ ਪ੍ਰੈਸ਼ਰ ਪਾਉਣ 'ਤੇ ਕੀ ਫਰਕ ਪੈ ਜਾਣਾ? ਠੀਕ ਹੈ, ਹੈਨਰੀ ਲਾ ਵੈਲਿਡ ਨਹੀਂ ਹੈ ਜੇ ਟੈਂਪਰੇਚਰ ਟੂ ਲੋ ਹੋਵੇ। ਜੇ ਟੈਂਪਰੇਚਰ ਬਹੁਤ ਬਹੁਤ ਘੱਟ ਹੋਵੇ ਤਾਂ ਵੀ ਗੈਸ ਨੇ ਘੁਲ ਜਾਣਾ, ਆਪੇ ਹੀ ਘੁਲ ਜਾਣਾ। ਇਸ ਕਰਕੇ ਹੈਨਰੀ ਲਾ ਬਹੁਤ ਲੋ ਟੈਂਪਰੇਚਰ 'ਤੇ ਵੀ ਵੈਲਿਡ ਨਹੀਂ ਹੈ।
ਠੀਕ ਹੈ ਜੀ। ਅਤੇ ਚੌਥਾ ਹੈਨਰੀ ਦਾ ਵੈਲਿਡ ਨਹੀਂ ਆ, ਅਗਰ ਗੈਸ ਕੈਮੀਕਲੀ ਸੋਲਵੈਂਟ ਨਾਲ ਰਿਐਕਟ ਕਰੀ ਹੋਵੇ, ਅਗਰ ਗੈਸ ਕੈਮੀਕਲੀ ਰਿਐਕਟ ਕਰ ਜਾਵੇ ਜਾਂ ਟੁੱਟ ਜਾਏ ਜਾਂ ਜੁੜ ਜਾਏ, ਉੱਥੇ ਵੀ ਹੈਨਰੀ ਦਾ ਵੈਲਿਡ ਨਹੀਂ ਹੈ। ਜੇ ਗੈਸ ਪਾਣੀ 'ਚ ਟੁੱਟ ਜਾਂਦੀ ਹੋਵੇ, ਗੈਸ ਪਾਣੀ 'ਚ ਜੁੜ ਜਾਂਦੀ ਹੋਵੇ ਜਾਂ ਗੈਸ ਪਾਣੀ ਨਾਲ ਰਿਐਕਟ ਕਰ ਜਾਂਦੀ ਹੋਵੇ, ਉੱਥੇ ਵੀ ਹੈਨਰੀ ਦਾ ਵੈਲਿਡ ਨਹੀਂ ਹੈ। ਯਾਨੀ ਹੈਨਰੀ ਦਾ ਕਿੱਥੇ ਵੈਲਿਡ ਨਹੀਂ ਹੈ? ਨੰਬਰ ਵਨ, ਹੈਨਰੀ ਦਾ ਕਿੱਥੇ ਵੈਲਿਡ ਨਹੀਂ ਹੈ? ਨੰਬਰ ਵਨ, ਅਗਰ ਪ੍ਰੈਸ਼ਰ ਬਹੁਤ ਹਾਈ ਹੈ, ਅਗਰ ਪ੍ਰੈਸ਼ਰ ਆਲਰੇਡੀ ਬਹੁਤ ਹਾਈ ਹੈ, ਤੁਸੀਂ ਪਹਿਲਾਂ ਹੀ ਗੈਸ ਘੋਲ ਚੁੱਕੋ, ਹੋਰ ਕੀ ਕਰੋਗੇ? ਨੰਬਰ ਟੂ, ਅਗਰ ਟੈਂਪਰੇਚਰ ਬਹੁਤ ਲੋ ਨਹੀਂ ਹੈ, ਠੀਕ ਹੈ, ਫਿਰ ਵੀ ਹੈਨਰੀ ਦਾ ਵੈਲਿਡ ਨਹੀਂ ਹੈ, ਠੀਕ ਹੈ। ਤੀਸਰਾ, ਗੈਸ ਇਜ਼ ਹਾਈਲੀ ਸੋਲਵਲ, ਅਗਰ ਗੈਸ ਹਾਈਲੀ ਸੋਲਵਲ ਹੋਵੇ ਫਿਰ ਵੀ ਹੈਨਰੀ ਦਾ ਵੈਲਿਡ ਨਹੀਂ ਹੈ। ਇਹ ਵੈਲਿਡ ਕਦੋਂ? ਜਦੋਂ ਗੈਸ ਹਾਈਲੀ ਸੋਲਵਲ ਨਾ ਹੋਵੇ। ਜੇ ਆਪ ਹੀ ਘੁਲ ਚੁੱਕੀ ਫਿਰ ਹੈਨਰੀ ਦਾ ਕੀ ਕਰ ਲਊਗਾ? ਅਤੇ ਲਾਸਟ, ਗੈਸ ਨਾ ਤਾਂ ਰਿਐਕਟ ਕਰਦੀ ਹੋਵੇ ਸੋਲਵੈਂਟ ਨਾਲ, ਨਾ ਸੋਲਵੈਂਟ ਟੁੱਟਦੀ ਹੋਵੇ, ਨਾ ਹੀ ਸੋਲਵੈਂਟ ਜੁੜਦੀ ਹੋਵੇ, ਤਾਂ ਹੈਨਰੀ ਦਾ ਵੈਲਿਡ ਹੈ, ਨਹੀਂ ਤਾਂ ਹੈਨਰੀ ਦਾ ਵੈਲਿਡ ਨਹੀਂ ਹੈ। ਹੈਨਰੀ ਅਸੀਂ ਕਿੱਥੇ ਕਿੱਥੇ ਇਸਤੇਮਾਲ ਕਰਦੇ? ਬੇਟਾ ਕੋਕ ਥਮਜ਼ਪ, ਪ੍ਰੈਸ਼ਰ ਪਾ ਪਾ ਕੇ CO2 ਘੋਲਦੇ ਹੈ। ਸੋ ਹੈਨਰੀ ਦਾ ਬੈਵਰੇਜਿਸ ਵਿੱਚ, ਸੋਫਟ ਡਰਿੰਕ 'ਚ ਇਸਤੇਮਾਲ ਅਪਲਾਈ ਕੀਤਾ ਜਾਂਦਾ। ਤੀਸਰਾ, ਜੇ ਸਮੁੰਦਰ 'ਚ ਨੀਚੇ ਜਾਣਾ ਹੋਵੇ, ਡੀਪ ਸੀ ਡਾਈਵਰਸ, ਅਤੇ ਆਮ ਏਅਰ ਲੈ ਜਾਈਏ ਕੰਪਰੈਸ ਕਰਕੇ, ਏਅਰਸ ਤੁਹਾਨੂੰ ਪਤਾ 79% ਨਾਈਟ੍ਰੋਜਨ ਅਤੇ 20% ਆਕਸੀਜਨ। ਹੁਣ ਜਦੋਂ ਕੋਈ ਡਾਈਵਰ ਇਹ ਵਾਲਾ ਸਿਲੰਡਰ ਭਰ ਕੇ ਨੀਚੇ ਲੈ ਜਾਵੇ, ਸਾਹ ਲੈਣ ਲਈ ਆਹ ਵਾਲੀ ਗੈਸ ਇਸਤੇਮਾਲ ਕਰੇ, ਹੁਣ ਨੀਚੇ ਸਮੁੰਦਰ 'ਚ ਨੀਚੇ ਬਹੁਤ ਪ੍ਰੈਸ਼ਰ ਹੈ, ਪ੍ਰੈਸ਼ਰ ਬਹੁਤ ਹੋਣ ਕਰਕੇ ਨਾਈਟ੍ਰੋਜਨ ਬਲੱਡ 'ਚ ਘੁਲ ਜਾਏਗੀ, ਨਾਈਟ੍ਰੋਜਨ ਬਲੱਡ 'ਚ ਘੁਲ ਜਾਏਗੀ। ਜਦੋਂ ਉਹ ਜਿਹੜਾ ਡਾਈਵਰ ਹੈ ਇੱਕਦਮ ਉੱਪਰ ਆਏਗਾ, ਜਿੱਦਾਂ ਹੀ ਨੀਚੇ ਜਾਏਗਾ ਨਾਈਟ੍ਰੋਜਨ ਬਲੱਡ 'ਚ ਘੁਲੇਗੀ, ਜਿੱਦੇ ਉੱਪਰ ਆਏਗਾ ਉਹ ਘੁਲੀ ਹੋਈ ਨਾਈਟ੍ਰੋਜਨ ਝਟਕੇ ਨਾਲ ਬਾਹਰ ਆਏਗੀ, ਝਟਕੇ ਨਾਲ ਬਾਹਰ ਆਏਗੀ, ਉਹਨੂੰ ਬੈਂਡਸ ਪ੍ਰੋਡਿਊਸ ਹੋਣਗੇ, ਝਟਕੇ ਲੱਗਣਗੇ, ਮਰ ਵੀ ਸਕਦਾ, ਬਹੁਤ ਪੇਨ ਹੋ ਸਕਦੀ ਹੈ। ਇਸ ਕਰਕੇ ਜਦ ਸਮੁੰਦਰ 'ਚ ਨੀਚੇ ਜਾਂਦਾ, ਉਹਨੂੰ ਆਹ ਵਾਲਾ ਏਅਰ ਦਾ ਮਿਕਸਚਰ ਨਹੀਂ ਦਿੱਤਾ ਜਾਂਦਾ, ਉਹਦੀ ਏਅਰ 'ਚ ਨਾਈਟ੍ਰੋਜਨ ਦਾ ਅਮਾਊਂਟ ਘਟਾਇਆ ਜਾਂਦਾ ਅਤੇ ਕੁਛ ਹੀਲੀਅਮ ਐਡ ਕੀਤਾ ਜਾਂਦਾ। ਉਹਦੀ ਏਅਰ 'ਚ 11.7% ਹੀਲੀਅਮ ਐਡ ਕਰ ਦਿੰਦੇ ਅਤੇ ਨਾਈਟ੍ਰੋਜਨ ਸਿਰਫ 56.2% ਅਤੇ ਆਕਸੀਜਨ 32%। ਯਾਨੀ ਜਿਹੜੇ ਡੀਪ ਸੀ ਡਾਈਵਰ ਹੈ ਉਹਨਾਂ ਨੂੰ ਆਮ ਏਅਰ ਨੂੰ ਕੰਪਰੈਸ ਕਰਕੇ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਜਿਹੜੀ ਏਅਰ ਦਿੱਤੀ ਜਾਂਦੀ ਉਹ 'ਚ ਨਾਈਟ੍ਰੋਜਨ ਦਾ ਅਮਾਊਂਟ ਘਟਾ ਕੇ ਹੀਲੀਅਮ ਐਡ ਕੀਤੀ ਜਾਂਦੀ, ਕਿਉਂਕਿ ਹੀਲੀਅਮ ਬਲੱਡ 'ਚ ਨਹੀਂ ਘੁਲਦੀ। ਹੁਣ ਨਾਈਟ੍ਰੋਜਨ ਘੱਟ ਹੈ, ਘੱਟ ਘੁਲੇਗੀ, ਘੱਟ ਝਟਕੇ ਲੱਗਣ ਦੇ ਚਾਂਸ ਹੈ, ਬੰਦੇ ਦੀ ਸਰਵਾਈਵਲ ਹੋ ਜਾਏਗੀ। ਸੋ ਡੀਪ ਸੀ ਡਾਈਵਰ ਨੂੰ ਆਮ ਨਾਈਟ੍ਰੋਜਨ ਨਹੀਂ ਦਿੱਤੀ ਜਾਂਦੀ, ਕਿਉਂਕਿ ਸਾਨੂੰ ਪਤਾ ਪ੍ਰੈਸ਼ਰ ਵਧਣ ਨਾਲ ਨਾਈਟ੍ਰੋਜਨ ਜ਼ਿਆਦਾ ਘੁਲਣੀ ਹੈ ਅਤੇ ਜਦੋਂ ਪ੍ਰੈਸ਼ਰ ਘਟਣਾ ਇੱਕਦਮ ਬਾਹਰ ਆ ਜਾਣੀ ਹੈ। ਇਸ ਕਰਕੇ ਨਾਈਟ੍ਰੋਜਨ ਘੱਟ ਪਾਓ, ਕਿ ਸਾਨੂੰ ਹੈਨਰੀ ਲਾਰੈਂਸ ਖਾਇਆ ਕਿ ਨਹੀਂ ਤਾਂ ਮਾਰੇ ਜਾਓਗੇ। ਤੀਸਰਾ ਫਾਇਦਾ, ਹਾਈ ਆਲਟੀਚਿਊਡ 'ਤੇ ਐਟਮੋਸਫੇਰਿਕ ਪ੍ਰੈਸ਼ਰ ਘੱਟ ਜਾਂਦਾ। ਮੰਨ ਲਓ ਤੁਸੀਂ ਮਾਊਂਟ ਐਵਰੈਸਟ 'ਤੇ ਜਾਣਾ, ਐਟਮੋਸਫੇਰਿਕ ਪ੍ਰੈਸ਼ਰ ਘੱਟ ਗਿਆ, ਐਟਮੋਸਫੇਰਿਕ ਪ੍ਰੈਸ਼ਰ ਘੱਟ ਗਿਆ, ਆਕਸੀਜਨ ਬਲੱਡ 'ਚ ਘੱਟ ਘੁਲੇਗੀ। ਪਹਿਲਾਂ ਤਾਂ ਆਕਸੀਜਨ ਹੈ ਹੀ ਘੱਟ, ਦੂਜਾ ਬਲੱਡ 'ਚ ਵੀ ਘੱਟ ਘੁਲੇਗੀ। ਜੇ ਬਲੱਡ 'ਚ ਵੀ ਘੱਟ ਘੁਲੇਗੀ ਤਾਂ ਤੁਹਾਨੂੰ ਪਤਾ ਐਨੋਕਸੀਆ ਯਾਨੀ ਐਸਫਿਕਸੀਏਸ਼ਨ, ਐਕਿਊਟ ਸ਼ਾਰਟੇਜ ਆਫ ਆਕਸੀਜਨ ਹੋ ਜਾਏਗੀ। ਜਿੱਦਾਂ ਕੋਈ ਹਿਮਾਲਿਆ ਦੀ ਮੂਵੀ ਦੇਖੋ, ਉਹ 'ਚ ਹੁੰਦਾ ਬੰਦੇ ਨੂੰ ਇਲਿਊਜਨ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਕਾਰਨ ਆਕਸੀਜਨ ਬਹੁਤ ਘੱਟ ਜਾਂਦੀ ਹੈ, ਉਹ ਬ੍ਰੇਨ ਤੱਕ ਪਹੁੰਚਦੀ ਘੱਟ ਹੈ। ਸੋ ਹਾਈ ਆਲਟੀਚਿਊਡ 'ਤੇ ਐਟਮੋਸਫੇਰਿਕ ਪ੍ਰੈਸ਼ਰ ਘੱਟ ਹੈ, ਸੋਲਬਿਲਿਟੀ ਆਫ ਆਕਸੀਜਨ ਇਨ ਬਲੱਡ ਘੱਟ ਜਾਏਗੀ, ਅਲੱਗ ਅਲੱਗ ਸੈਲਸ ਆਕਸੀਜਨ ਘੱਟ ਪਹੁੰਚੇਗੀ, ਐਨੋਕਸੀਆ ਹੋ ਜਾਏਗਾ, ਯਾਨੀ ਪੇਸ਼ੈਂਟ ਨੂੰ ਹੈਡ ਏਕ, ਵੋਮਿਟਿੰਗ, ਇੱਦਾਂ ਦੀ ਸਿਚੁਏਸ਼ਨ ਆ ਜਾਏਗੀ। ਇਸ ਕਰਕੇ ਉਸ ਬੰਦੇ ਨੂੰ ਕਿਹਾ ਜਾਂਦਾ ਆਕਸੀਜਨ ਸਿਲੰਡਰ ਨਾਲ ਲੈ ਕੇ ਜਾ। ਸੋ ਹਾਈ ਆਲਟੀਚਿਊਡ 'ਤੇ ਆਕਸੀਜਨ ਸਿਲੰਡਰ ਨਾਲ ਲੈ ਕੇ ਜਾਂਦੇ ਹਾਂ, ਅਤੇ ਫੰਕਸ਼ਨਿੰਗ ਆਫ ਔਰ ਲੰਗ ਸਮਝਣ ਲਈ ਵੀ ਹੈਨਰੀਜ਼ ਦਾ ਬਹੁਤ ਇੰਪੋਰਟੈਂਟ, ਫੰਕਸ਼ਨਿੰਗ ਆਫ ਲੰਗ ਸਮਝਣ ਲਈ, ਫੇਫੜਿਆਂ ਦੇ ਫੰਕਸ਼ਨ ਸਮਝਣ ਲਈ ਵੀ ਹੈਨਰੀਜ਼ ਲਾ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਸੋ ਧਿਆਨ ਹੈ ਬੇਟਾ, ਦੁਬਾਰਾ ਸਮਝ ਲਓ, ਪਹਿਲਾਂ ਸੋਲਬਿਲਿਟੀ ਕੀ ਹੈ? ਸੋਲਬਿਲਿਟੀ ਹੈ ਸੋਲਵੈਂਟ 'ਚ ਕਿੰਨਾ ਸੋਲਿਊਟ ਘੁਲ ਸਕਦਾ ਅੰਡਰ ਗਿਵਨ ਕੰਡੀਸ਼ਨ, ਗਿਵਨ ਕੰਡੀਸ਼ਨ ਵਿਦ ਗਿਵਨ ਟੈਂਪਰੇਚਰ ਐਂਡ ਪ੍ਰੈਸ਼ਰ। ਗਿਵਨ ਟੈਂਪਰੇਚਰ ਅਤੇ ਪ੍ਰੈਸ਼ਰ 'ਤੇ ਸੋਲਵੈਂਟ 'ਚ ਕਿੰਨਾ ਸੋਲਿਊਟ ਘੁਲ ਸਕਦਾ, ਦੈਟ ਇਜ਼ ਕਾਲਡ ਸੋਲਬਿਲਿਟੀ। ਸੋਲਿਊਟ ਦਾ ਘੁਲਣਾ, ਦੈਟ ਇਜ਼ ਡਿਸੋਲਿਊਸ਼ਨ, ਅਤੇ ਸੋਲਿਊਟ ਦਾ ਟਕਰਾਟ ਰੱਖਿਆ ਕੇ ਬਾਹਰ ਆ ਜਾਣਾ, ਦੈਟ ਇਜ਼ ਕ੍ਰਿਸਟਲਾਈਜੇਸ਼ਨ, ਠੀਕ ਹੈ। ਜਦੋਂ ਡਿਸੋਲਿਊਸ਼ਨ ਅਤੇ ਕ੍ਰਿਸਟਲਾਈਜੇਸ਼ਨ ਆਪਸ ਇਕੁਲੀਬ੍ਰੀਅਮ 'ਚ ਆ ਜਾਣ,
ਉਹ ਸੋਲਿਊਸ਼ਨ ਨੂੰ ਸੈਚੂਰੇਟਿਡ ਸੋਲਿਊਸ਼ਨ ਕਹਿੰਦੇ ਆ, ਤੇ ਸੈਚੂਰੇਟਿਡ ਸੋਲਿਊਸ਼ਨ ਚ ਜਿੰਨਾ ਸੋਲਿਊਟ ਘੁਲਿਆ ਦੈਟ ਇਜ਼ ਕਾਲਡ ਸੋਲਿਬਿਲਿਟੀ, ਯਾਨੀ ਵੱਧ ਤੋਂ ਵੱਧ ਜਿੰਨਾ ਸੋਲਿਊਟ ਘੁਲ ਸਕਦਾ ਦੈਟ ਇਜ਼ ਕਾਲਡ ਸੋਲਿਬਿਲਿਟੀ। ਇਹ ਨੇਚਰ ਆਫ ਸੋਲਿਡ, ਨੇਚਰ ਆਫ ਲਿਕੁਇਡ 'ਤੇ ਡਿਪੈਂਡ ਕਰਦਾ, ਕਿਉਂਕਿ ਨਮਕ ਖੰਡ ਤਾਂ ਪਾਣੀ 'ਚ ਘੁਲ ਜਾਂਦੇ ਆ, ਪਰ ਐਂਥਰਾਸੀਨ ਨੈਫਥ ਫਰਨੈਲ ਨਹੀਂ ਘੁਲਦੇ, ਲੇਕਿਨ ਐਂਥਰਾਸੀਨ ਫਰਨੈਲ ਬੈਨਜ਼ੀਨ ਘੁਲ ਜਾਂਦੇ, ਪਾਣੀ 'ਚ ਨਹੀਂ ਘੁਲਦੇ, ਕਿਉਂਕਿ ਲਾਈਕ ਡਿਜ਼ੋਲਵ ਲਾਈਕ। ਟੈਂਪਰੇਚਰ, ਜੇ ਕਿਸੇ ਦਾ ਘੁਲਣਾ ਜਿੱਦਾਂ ਇਹਨਾਂ ਚੀਜ਼ਾਂ ਘੁਲਣਾ ਐਕਸੋਥਰਮਿਕ ਹੈ, ਜੇ ਕਿਸੇ ਦਾ ਘੁਲਣਾ ਐਕਸੋਥਰਮਿਕ ਹੈ, ਠੀਕ ਸੋਰੀ ਇਹਨਾਂ ਦਾ ਘੁਲਣਾ ਐਂਡੋਥਰਮਿਕ ਹੈ, ਜੇ ਕਿਸੇ ਦਾ ਘੁਲਣਾ ਐਂਡੋਥਰਮਿਕ ਹੈ ਤਾਂ ਟੈਂਪਰੇਚਰ ਦੇ ਵਧਣ ਨਾਲ ਸੋਲਬਿਲਿਟੀ ਵਧੇਗੀ। ਆ ਚੂਨੇ ਵਗੈਰਾ ਦਾ ਘੁਲਣਾ ਐਕਸੋਥਰਮਿਕ ਹੈ, ਇੱਥੇ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਘੱਟਦੀ ਹੈ। ਲੇਕਿਨ ਸੋਡੀਅਮ ਸਲਫੇਟ 10 ਵਾਟਰ ਜੀਬੋ ਗਰੀਬ ਹੈ, 32.8 ਡਿਗਰੀ ਤੱਕ ਟੈਂਪਰੇਚਰ ਵਧਣ ਨਾਲ ਸੋਲਬਿਲਿਟੀ ਵਧਦੀ ਹੈ, ਕਿਉਂਕਿ 32.8 ਡਿਗਰੀ ਤੱਕ ਐਂਡੋਥਰਮਿਕ ਹੈ, ਉਹਦੇ ਬਾਅਦ ਐਕਸੋਥਰਮਿਕ ਹੈ। ਸੋਲਬਿਲਿਟੀ ਆਫ ਗੈਸ ਇਨ ਲਿਕੁਇਡ, ਸੋਲਬਿਲਿਟੀ ਆਫ ਗੈਸ ਇਨ ਲਿਕੁਇਡ ਨੇਚਰ ਆਫ ਗੈਸ 'ਤੇ ਡਿਪੈਂਡ ਕਰਦੀ ਹੈ, ਨੇਚਰ ਆਫ ਲਿਕੁਇਡ 'ਤੇ ਡਿਪੈਂਡ ਕਰਦੀ ਹੈ, ਟੈਂਪਰੇਚਰ 'ਤੇ ਪ੍ਰੈਸ਼ਰ 'ਤੇ। ਟੈਂਪਰੇਚਰ 'ਤੇ ਕਿੱਦਾਂ, ਜਿੱਦਾਂ ਟੈਂਪਰੇਚਰ ਵਧਾਓਗੇ ਗੈਸ ਦੀ ਸੋਲਬਿਲਿਟੀ ਘਟੇਗੀ, ਗੈਸ ਭੱਜ ਕੇ ਬਾਹਰ ਆ ਜਾਏਗੀ। ਇਸੇ ਕਰਕੇ ਐਕਵੈਟਿਕ ਐਨੀਮਲ ਗਰਮ ਪਾਣੀ 'ਚ ਨਹੀਂ ਪਾਏ ਜਾਂਦੇ, ਕਿਉਂਕਿ ਗੈਸ ਬਾਹਰ ਨਿਕਲ ਜਾਂਦੀ ਹੈ, ਕਿਉਂਕਿ ਗੈਸ ਦਾ ਘੁਲਣਾ ਐਕਸੋਥਰਮਿਕ ਹੈ। ਟੈਂਪਰੇਚਰ ਦੇ ਵਧਣ ਨਾਲ ਸੋਲਬਿਲਿਟੀ ਘਟੇਗੀ, ਲੇਕਿਨ ਹਾਈਡਰੋਜਨ ਜਾਂ ਹੀਲੀਅਮ, ਇਸ ਕੇਸ 'ਚ ਟੈਂਪਰੇਚਰ ਦੇ ਵਧਣ ਨਾਲ ਸੋਲਬਿਲਿਟੀ ਮਾਮੂਲੀ ਜਿਹੀ ਵਧਦੀ ਹੈ। ਇਫੈਕਟ ਆਫ ਪ੍ਰੈਸ਼ਰ, ਹੈਨਰੀ ਕਹਿੰਦਾ ਸੀ ਮਾਸ ਆਫ ਗੈਸ ਡਿਜ਼ੋਲਵਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਪ੍ਰੈਸ਼ਰ, ਯਾਨੀ ਐਮ ਇਜ਼ ਇਕੁਅਲ ਟੂ ਕੇ ਪੀ। ਡਾਲਟਨ ਕਹਿੰਦਾ ਮੋਲ ਫ੍ਰੈਕਸ਼ਨ ਆਫ ਗੈਸ ਡਿਜ਼ੋਲਵਡ ਇਜ਼ ਪ੍ਰੈਸ਼ਰ ਔਰ ਐਕਸ ਇਜ਼ ਇਕੁਅਲ ਟੂ ਕੇ ਪੀ, ਪੀ ਇਜ਼ 1 ਓਵਰ ਕੇ ਇਨਟੂ ਐਕਸ, ਪੀ ਇਜ਼ ਕੇ ਐਚ ਇਨਟੂ ਐਕਸ, ਕੇ ਐਚ ਇਜ਼ ਹੈਨਰੀ ਇਜ਼ ਕੋਂਸਟੈਂਟ, ਕੇ ਐਚ ਹੇਅਰ ਇਜ਼ ਹੈਨਰੀ ਇਜ਼ ਕੋਂਸਟੈਂਟ। ਹੁਣ ਹੈਨਰੀ ਲਾ ਕਿੱਥੇ ਕਿੱਥੇ ਵੈਲਿਡ ਹੈ, ਇਹ ਵੈਲਿਡ ਹੈ ਅਗਰ ਪ੍ਰੈਸ਼ਰ, ਇਟ ਇਜ਼ ਵੈਲਿਡ ਇਫ ਪ੍ਰੈਸ਼ਰ ਇਜ਼ ਲੋ, ਇਹ ਵੈਲਿਡ ਜੇ ਪ੍ਰੈਸ਼ਰ ਲੋ ਹੋਵੇ, ਕਿਉਂਕਿ ਬਹੁਤ ਹਾਈ ਪ੍ਰੈਸ਼ਰ ਅਗਰ ਪਹਿਲਾਂ ਹੀ ਕਰਤਾ ਫਿਰ ਹੈਨਰੀ ਵੀ ਕੀ ਕਰ ਲਓ। ਨੰਬਰ 1 ਪ੍ਰੈਸ਼ਰ ਲੋ ਹੋਵੇ, ਟੈਂਪਰੇਚਰ ਸ਼ੁੱਡ ਨੋਟ ਬੀ ਵੈਰੀ ਲੋ, ਟੈਂਪਰੇਚਰ ਬਹੁਤ ਲੋ ਨਾ ਹੋਵੇ। ਨੰਬਰ 3 ਗੈਸ ਸੋਲਵੈਂਟ ਨਾਲ ਰਿਐਕਟ ਨਾ ਕਰਦੀ ਹੋਵੇ, ਨਾ ਉਸ ਟੁੱਟਦੀ ਹੋਵੇ ਨਾ ਉਹ ਜੁੜਦੀ ਹੋਵੇ, ਤਾਂ ਹੈਨਰੀ ਦਾ ਵੈਲਿਡ ਹੈ। ਅਤੇ ਲਾਸਟ ਗੈਸ ਹਾਈਲੀ ਸੋਲੂਬਲ ਨਾ ਹੋਵੇ, ਅਤੇ ਜੇ ਗੈਸ ਆਪ ਹੀ ਘੁਲ ਰਹੀ ਹੈ ਅਤੇ ਫਿਰ ਪ੍ਰੈਸ਼ਰ ਪਾ ਕੇ ਵੀ ਕੀ ਕਰ ਲਓਗੇ। ਹੈਨਰੀ ਲਾ ਦੇ ਫਾਇਦੇ ਕਿੱਥੇ ਕਿੱਥੇ ਹੈ, ਨੰਬਰ 1 ਆ ਸੋਫਟ ਡਰਿੰਕਸ, ਨੰਬਰ 2 ਡੀਪ ਸੀ ਡਾਈਵਰ ਨੇ ਸਮੁੰਦਰ 'ਚ ਨੀਚੇ ਜਾਣਾ, ਸਾਨੂੰ ਪਤਾ ਜੇ ਆਕਸੀਜਨ ਸਿਲੰਡਰ ਲੈ ਗਿਆ ਉਹ 'ਚ ਨਾਈਟ੍ਰੋਜਨ ਬਹੁਤ ਜ਼ਿਆਦਾ, ਨਾਈਟ੍ਰੋਜਨ ਬਲੱਡ 'ਚ ਘੁਲ ਜਾਏਗੀ, ਕਿਉਂਕਿ ਸਮੁੰਦਰ 'ਚ ਨੀਚੇ ਪ੍ਰੈਸ਼ਰ ਵੱਧ ਜਾਏਗਾ, ਪ੍ਰੈਸ਼ਰ ਵੱਧਣ ਨਾਲ ਨਾਈਟ੍ਰੋਜਨ ਜ਼ਿਆਦਾ ਘੁਲੇਗੀ, ਜਦੋਂ ਡਾਈਵਰ ਬਾਹਰ ਆਏਗਾ ਇਕਦਮ ਪ੍ਰੈਸ਼ਰ ਘਟਣਾ, ਉਹ ਘੁਲੀ ਨਾਈਟ੍ਰੋਜਨ ਝਟਕੇ ਨਾਲ ਬਾਹਰ ਆਉਣਾ, ਬੰਦਾ ਮਰ ਵੀ ਸਕਦਾ। ਇਸ ਕਰਕੇ ਡੀਪ ਸੀ ਡਾਈਵਰ ਜਿਹੜੀ ਆਕਸੀਜਨ ਲੈ ਕੇ ਜਾਂਦਾ ਉਹ ਆਮ ਆਕਸੀਜਨ ਹੋਸਪਿਟਲ ਵਾਲੀ ਆਕਸੀਜਨ ਨਹੀਂ ਹੁੰਦੀ ਜਾਂ ਆਮ ਆਕਸੀਜਨ ਨਹੀਂ ਹੁੰਦੀ, ਉਹ 'ਚ ਨਾਈਟ੍ਰੋਜਨ ਘਟਾ ਕੇ ਹੀਲੀਅਮ ਐਡ ਕੀਤਾ ਜਾਂਦਾ, ਠੀਕ ਹੈ ਜੀ। ਉਹ 'ਚ 11.7% ਹੀਲੀਅਮ, 56.2% ਨਾਈਟ੍ਰੋਜਨ ਅਤੇ 32% ਆਕਸੀਜਨ। ਸੋ ਹੁਣ ਹੈਨਰੀ ਲਾ ਦੇ ਬੇਸ 'ਤੇ ਬੇਟਾ ਨਮੈਰੀਕਲਸ, ਧਿਆਨ ਨਾਲ ਹੈਨਰੀ ਲਾ ਦੇ ਬੇਸ 'ਤੇ ਨਮੈਰੀਕਲ, ਐਨ ਸੀ ਆਰ ਟੀ ਦੇ ਸਾਰੇ ਕੁਸ਼ਚਨ ਮੈਂ ਕਰਵਾ ਦੇਣੇ ਹੈਨਰੀ ਲਾ ਦੇ, ਫਿਰ ਬਾਕੀ ਦੇਖਦੇ ਹਾਂ। ਹੈਨਰੀ ਲਾ ਦੇ ਬੇਸ 'ਤੇ ਪਹਿਲਾਂ ਨਮੈਰੀਕਲ, ਤੁਹਾਡੇ ਸਿੰਪਲ ਨੋਟਸ ਆ ਪੇਜ 36, ਧਿਆਨ ਕੁਸ਼ਚਨ ਪਹਿਲਾਂ ਇਹ ਐਨ ਸੀ ਆਰ ਟੀ ਦਾ ਕੁਸ਼ਚਨ ਕਹਿੰਦਾ ਐਚ ਟੂ ਐਸ ਇਜ਼ ਟੋਕਸਿਕ ਵਿਦ ਰੋਟਨ ਐਗ ਲਾਈਕ ਸਮੈਲ, ਇਟ ਇਜ਼ ਇਫ ਦਾ ਸੋਲਿਊਸ਼ਨ ਆਫ ਐਚ ਟੂ ਐਸ ਇਨ ਵਾਟਰ ਇਜ਼ 0.195 ਮੋਲਲ, ਯਾਨੀ ਮੋਲੈਲਿਟੀ ਹੈ 0.195, ਯਾਨੀ 0.195 ਮੋਲ ਐਚ ਟੂ ਐਸ ਇਨ 1000 ਗ੍ਰਾਮ ਵਾਟਰ, ਕਿਉਂਕਿ ਮੋਲੈਲਿਟੀ ਹੁੰਦੀ ਨੰਬਰ ਆਫ ਮੋਲ ਆਫ ਸੋਲਿਊਟ ਪਰ ਕੇ ਜੀ ਸੋਲਵੈਂਟ ਇਨ 1000 ਗ੍ਰਾਮ ਵਾਟਰ, ਠੀਕ ਹੈ ਜੀ। ਕੈਲਕੂਲੇਟ ਹੈਨਰੀਜ਼ ਲਾ ਕੋਂਸਟੈਂਟ, ਕਹਿੰਦਾ ਹੈਨਰੀਜ਼ ਲਾ ਕੋਂਸਟੈਂਟ ਕੱਢੋ ਐਟ ਐਸ ਟੀ ਪੀ, ਐਸ ਟੀ ਪੀ 'ਤੇ ਪ੍ਰੈਸ਼ਰ ਹੁੰਦਾ 1.01325 ਬਾਰ ਜਾਂ 1 ਐਟਮੋਸਫੇਅਰ, ਤੁਸੀਂ ਐਟਮੋਸਫੇਅਰ ਵੀ ਲੈ ਸਕਦੇ ਹੋ, ਤੁਸੀਂ 1 ਐਟਮੋਸਫੇਅਰ ਲੈ ਲਓ ਜਾਂ 1.01325 ਬਾਰ, ਠੀਕ ਹੈ ਜੀ। ਲਾਓ ਜਰਾ ਪੀ ਇਜ਼ ਇਕੁਅਲ ਟੂ ਕੇ ਐਚ ਇਨ ਟੂ ਐਕਸ, ਕੱਢਣਾ ਕੀ ਕੇ ਐਚ, ਕੇ ਐਚ ਇਜ਼ ਪੀ ਓਵਰ ਐਕਸ, ਪਹਿਲਾਂ ਐਕਸ ਕੱਢ ਲਈਏ, ਸੋਰੀ ਵਟ ਇਜ਼ ਐਕਸ, ਪੀ
पी इज के एच, पी इज 1.01325 इज इक्वल टू के एच इन टू वट इज एक्स मोल फ्रैक्शन ऑफ सोल्यूट, नंबर मोल ऑफ एस टू एस ओवर नंबर मोल ऑफ एस टू एस प्लस नंबर ऑफ मोल्स ऑफ वाटर। ठीक है बेटा, यानी 1.01325 इज के एच इन टू नंबर मोल एस टू एस 0.195 ओवर नंबर मोल एस टू एस 0.195 प्लस नंबर मोल वाटर मास ओवर मोलर मास आ गया जी। दैट्स ऑल, के एच कर लो, पी इज के एच इंटू वट इज एक्स नंबर ऑफ मोल एस टू एस ओवर नंबर ऑफ मोल एस टू एस प्लस नंबर ऑफ मोल वाटर, क्योंकि जो मोलैलिटी दी हो, मोलैलिटी होती इन्ने मोल एस टू एस दे हज़ार ग्राम पानी, क्योंकि पानी हज़ार ग्राम है, वट इज नंबर ऑफ मोल वाटर मास ओवर मोलर मास। कर लो आंसर बेटा, यह आंसर याद भी कर लियो, इतने पी आ जाएगा 285.6 bar। दिस क्वेश्चन नंबर फर्स्ट, क्वेश्चन नंबर सेकेंड, क्वेश्चन नंबर सेकेंड, हैनरीज ला कॉन्स्टेंट फॉर सी ओ टू इन वाटर इज इन्ना, यानी के एच दिता है 1.67 इंटू 10 पर 8 पास्कल। बेटा हम पास्कल्स दिता है, कैलकुलेट क्वांटिटी ऑफ सी ओ टू इन 500 मिलीलीटर सोडा वाटर पैक्ड एट 2.5 एटमोसफेयर प्रेशर, प्रेशर 2.5 एटमोसफेयर, इनू पास्कल्स बदलो 2.5 इंटू 1.01325 इंटू 10 रेस पर 5 पास्कल, ये आ गया 2.533 इंटू 10 पर 5 पास्कल। लो जी, अगर एटमोसफेयर पास्कल्स बदलना 1.01325 इंटू 10 पर 5 में मल्टीप्लाई कर दो, इन्ने पास्कल आ जाएगा। पी दिता, के एच दिता, एक्स कर लवा, ला पी इज के एच इंटू एक्स, पी पी किन्ना 2.533 इंटू 10 पर 5 इज के एच 1.67 इंटू 10 पर 8 इंटू एक्स, एक्स आ गया। ठीक है जी, सो इस क्वेश्चन एक्स कर लो, आ जाएगा एक्स बेटा, एक्स आ गया 1.517 इंटू 10 टू माइनस 3। वट इज एक्स, नंबर मोल ऑफ सीओ टू ओवर नंबर मोल ऑफ सीओ टू प्लस नंबर मोल ऑफ वाटर। एक्स तुम्हें पता है 1.517 इंटू 10 टू माइनस 3 इज नंबर मोल ऑफ सीओ टू, उन्हें ही पूछा नंबर मोल ऑफ सीओ टू पूछा ना, नंबर मोल ऑफ सीओ टू ओवर नंबर मोल ऑफ सीओ टू प्लस नंबर मोल्स ऑफ वाटर 500/18। नंबर मोल्स वाटर इज 500/18 क्योंकि वॉल्यूम 500 है। सो नीचे वाला सीओ टू चाहो तो निगलैक्ट कर सकते हो, 500 डिवाइड बाय 3 बहुत घट होएगा, तुसी आंसर कैलकुलेट कर सकते हो। मेरी गल क्लीयर बेटा, दोबारा सुन लो, के एच दिता है, पी मैं पास्कल च बदलता, पी पता के एच दिता, मैं एक्स कर लिया, एक्स आ गया मोल फ्रैक्शन ऑफ सीओ टू, वट इज मोल फ्रैक्शन ऑफ सीओ टू, नंबर मोल ऑफ सीओ टू, ये लभना है, डिवाइड बाय नंबर मोल ऑफ सीओ टू प्लस नंबर मोल वाटर, नंबर ऑफ वाटर कितने हैं, क्योंकि 500 सीसी वाटर में 500 ग्राम मान लिया, सो नंबर ऑफ वाटर इज मास ओवर मोलर मास। ठीक है, सो मोल फ्रैक्शन कर ली, मोल फ्रैक्शन की है, नंबर मोल ऑफ सीओ टू लभना, डिवाइड बाय नंबर मोल ऑफ सीओ टू प्लस नंबर मोल वाटर, अगर चाहो तो नीचे वाला सीओ टू नेगलेक्ट कर सकते हो, वेरी लेस होने करके नेगलेक्ट कर सकते हो। ठीक है, इन बेशक इग्नोर कर दो, बाकी सॉल्व कर लो। ठीक है, हो जाएगा। ठीक है पुत्र जी, सो क्वेश्चन नंबर थर्ड कर लोगे ना, ये मैं कटिया कि इन्हें इग्नोर कर दो, इग्नोर वेरी लेस, नहीं करना था ना करो, आ बाकी आ सेल्फ कैलकुलेट कर लो। ठीक है जी, आओ जी, क्वेश्चन नंबर थर्ड, द पार्शियल प्रेशर ऑफ ईथेन ओवर ए सॉल्यूशन कंटेनिंग इन्ने ग्राम ईथेन इज 1 bar, यानी मास ऑफ ईथेन 6.56 इंटू 10 टू माइनस 3, प्रेशर है 1 bar, मैंने याद आ गया एम इज इक्वल टू के पी, 6.56 इंटू 10 टू माइनस 3 इज इक्वल के इंटू 1, सो के आ गया 6.56 इंटू 10 टू माइनस 3, यानी पहले डाटे जो के आ गया,
ਇਫ ਸੋਲਿਊਸ਼ਨ ਕੰਟੇਨ ਇੰਨੇ ਗ੍ਰਾਮ ਆਫ ਈਥੇਨ, ਵਟ ਵਿਲ ਬੀ ਪ੍ਰੈਸ਼ਰ? ਕਹਿੰਦਾ ਅਗਰ ਹੁਣ ਈਥੇਨ ਅਲੱਗ ਹੋ ਜਾਵੇ, ਹੁਣ ਫਿਰ ਆ ਜਾਓ ਐਮ ਇਜ਼ ਇਕੁਅਲ ਕੇ ਪੀ। ਹੁਣ ਈਥੇਨ ਉਹਨੇ ਕਹਿਤੀ ਹੈ 5 × 10⁻², ਕੇ ਮੈਨੂੰ ਪਤਾ, ਪੀ ਪੁੱਛਿਆ, ਪੀ ਲੱਭੋ। ਕਹਿਣ ਦਾ ਮਤਲਬ ਪਹਿਲਾਂ ਉਹਨੇ ਈਥੇਨ ਦਾ ਡਾਟਾ ਦਿੱਤਾ ਤਾਂ ਮੈਂ ਕੇ ਕੱਢ ਲਿਆ, ਉਹ ਹੀ ਕੇ ਦੂਜੇ ਡਾਟੇ 'ਚ ਪੁੱਟ ਕਰਤਾ। ਪਹਿਲਾਂ ਉਹਨੇ ਐਮ ਅਤੇ ਪੀ ਦਿੱਤਾ, ਮੈਂ ਕੇ ਕੱਢ ਲਿਆ, ਕੇ ਆ ਗਿਆ, ਕੇ ਸੇਵ ਰਹਿਣਾ। ਵੇਖੋ ਦੁਬਾਰਾ ਐਮ ਦਿੱਤਾ, ਪੀ ਪੁੱਛਿਆ, ਐਮ ਪਤਾ, ਕੇ ਪੁਰਾਣਾ, ਪੀ ਪਤਾ ਲੱਗ ਗਿਆ। ਸੋ ਪਹਿਲਾਂ ਈਥੇਨ ਦੇ ਡਾਟੇ 'ਚ ਕੇ ਕੱਢ ਕੇ ਦੂਜੇ ਡਾਟੇ 'ਚ ਉਹੀ ਕੇ ਪੁੱਟ ਕਰਤਾ। ਇਹ ਤਿੰਨੋਂ ਐਨ ਸੀ ਆਰ ਟੀ ਦੇ ਕੁਸ਼ਚਨ ਹੈ। ਇੱਕ ਹੋਰ ਐਨ ਸੀ ਆਰ ਟੀ ਦੇ ਕੁਸ਼ਚਨ, ਧਿਆਨ ਨਾਲ, ਦਾ ਬੋਇਲਿੰਗ ਪੁਆਇੰਟ, ਧਿਆਨ ਸੁਣੋ, ਬੋਇਲਿੰਗ ਪੁਆਇੰਟ ਆਫ ਵਾਟਰ, ਇਹ ਨੋਟ ਵੀ ਕਰ ਲਿਓ, ਐਟ 750 mm ਆਫ ਮਰਕਰੀ ਇਜ 99.63°C। ਹਾਊ ਮੱਚ ਸੁਕਰੋਸ, ਨਹੀਂ ਇਹ ਤਾਂ ਕੁਛ ਹੋਰ, ਸਰ ਇਹ ਨਹੀਂ, ਇਹ ਤਾਂ ਹੋ ਚੁੱਕਾ ਆਲਰੇਡੀ, ਇਹ ਹੋ ਚੁੱਕਾ। ਹਾਂਜੀ, ਇਹ ਨਹੀਂ ਕੁਸ਼ਚਨ। ਹਾਂਜੀ ਬੇਟਾ, ਹੁਣ ਹੋਰ ਐਨ ਸੀ ਆਰ ਟੀ ਦੇ ਕੁਸ਼ਚਨ ਆਓ, ਹੋਰ ਕੁਛ ਐਨ ਸੀ ਆਰ ਟੀ ਦੇ ਕੁਸ਼ਚਨ ਧਿਆਨ ਨਾਲ। ਕੁਸ਼ਚਨ ਨੰਬਰ 2.39 ਤੁਹਾਡੀ ਬੁੱਕ ਦਾ, 2.39 ਕੱਢੋ ਜਰਾ, 2.39 ਕੁਸ਼ਚਨ। ਦ ਏਅਰ ਇਜ਼ ਅ ਮਿਕਸਚਰ ਆਫ ਨੰਬਰ ਆਫ ਗੈਸਿਸ, ਦ ਮੇਜਰ ਕੰਪੋਨੈਂਟ ਆਰ ਆਕਸੀਜਨ ਐਂਡ ਨਾਈਟ੍ਰੋਜਨ। ਕਹਿੰਦਾ ਏਅਰ 'ਚ ਕਈ ਗੈਸਿਸ, ਉਹ 'ਚ ਮੇਨ ਹੈ ਆਕਸੀਜਨ ਅਤੇ ਨਾਈਟ੍ਰੋਜਨ, ਅਪਰੋਕਸੀਮੇਟਲੀ 20% ਆਕਸੀਜਨ, 79% ਨਾਈਟ੍ਰੋਜਨ। ਦ ਵਾਟਰ ਇਜ਼ ਇਨ ਇਕੁਇਲੀਬ੍ਰੀਅਮ ਵਿਦ ਏਅਰ ਐਟ ਅ ਪ੍ਰੈਸ਼ਰ ਆਫ 10 ਐਟਮੋਸਫੇਅਰ। ਹੁਣ ਟੋਟਲ ਪ੍ਰੈਸ਼ਰ 10 ਐਟਮੋਸਫੇਅਰ ਹੈ, ਉਹ 'ਚ ਵਟ ਇਜ਼ ਪ੍ਰੈਸ਼ਰ ਆਫ ਆਕਸੀਜਨ? 20%, 20% ਆਫ 10, ਯਾਨੀ 20/100 × 10, ਯਾਨੀ 2 ਐਟਮੋਸਫੇਅਰ। ਇਹਨੂੰ ਮਿਲੀਮੀਟਰ ਬਦਲੋ, 2 × 760, 1520 mm ਆ ਗਿਆ ਆਕਸੀਜਨ ਦਾ ਪ੍ਰੈਸ਼ਰ। ਬੱਚੇ ਕਹਿੰਦੇ ਮਿਲੀਮੀਟਰ ਕਿਉਂ ਕਹਿ ਰਹੇ ਹੈ ਇਸ ਕੁਸ਼ਚਨ 'ਚ, ਮਿਲੀਮੀਟਰ ਕਿਉਂ ਕਹਿ ਰਹੇ ਹੈ? ਕਿਉਂਕਿ ਅੱਗੇ ਉਹਨੇ ਡਾਟਾ ਮਿਲੀਮੀਟਰ ਦਿੱਤਾ। ਇੱਥੇ ਵਟ ਇਜ਼ ਪ੍ਰੈਸ਼ਰ ਆਫ ਨਾਈਟ੍ਰੋਜਨ? 79% ਆਫ 10, ਕਿਉਂਕਿ ਟੋਟਲ ਪ੍ਰੈਸ਼ਰ 10 ਐਟਮੋਸਫੇਅਰ ਹੈ, ਉਹ 'ਚ ਆਕਸੀਜਨ 20% ਹੈ ਅਤੇ ਨਾਈਟ੍ਰੋਜਨ 79% ਹੈ, ਯਾਨੀ 79/100 × 10, ਇਹ ਆ ਗਿਆ 7.9 ਐਟਮੋਸਫੇਅਰ, ਜਾਂ 7.9 × 760, ਇਹ ਆ ਗਿਆ 6004 mm। ਇਹਦਾ ਪ੍ਰੈਸ਼ਰ ਅਤੇ ਇਹਦਾ ਪ੍ਰੈਸ਼ਰ ਆ ਗਿਆ, ਦੋਨਾਂ ਦਾ ਪ੍ਰੈਸ਼ਰ ਆ ਗਿਆ। ਠੀਕ ਹੈ, ਧਿਆਨ ਨਾਲ ਸੁਣੋ, ਹੈਨਰੀਜ਼ ਕੋਂਸਟੈਂਟ ਫੋਰ ਆਕਸੀਜਨ, ਕੇ ਐਚ ਫੋਰ ਆਕਸੀਜਨ ਵੀ ਦਿੱਤਾ ਹੈ ਅਤੇ ਕੇ ਐਚ ਫੋਰ ਨਾਈਟ੍ਰੋਜਨ ਵੀ ਦਿੱਤਾ ਹੈ। ਕੇ ਐਚ ਫੋਰ ਆਕਸੀਜਨ ਇਜ਼ 3.3 × 10⁻¹ mm, ਕਿਉਂਕਿ ਮਿਲੀਮੀਟਰ ਤਾਂ ਉਹ ਵੈਲਿਊ ਨੂੰ ਮੈਂ ਮਿਲੀਮੀਟਰ 'ਚ ਬਦਲਿਆ। ਬੇਟਾ ਐਟਮੋਸਫੇਅਰ ਨੂੰ ਮਿਲੀਮੀਟਰ 'ਚ ਬਦਲਣਾ, 760 ਨਾਲ ਮਲਟੀਪਲਾਈ ਕਰ ਦਿਓ। ਇਹਦੀ ਫੋਰ ਨਾਈਟ੍ਰੋਜਨ ਦੀ 6.51 × 10⁻¹ mm। ਕੈਲਕੂਲੇਟ ਕੰਪੋਜੀਸ਼ਨ, ਯਾਨੀ ਮੋਲ ਫ੍ਰੈਕਸ਼ਨ ਨਾਈਟ੍ਰੋਜਨ ਦੀ ਵੀ ਕੱਢੋ, ਆਕਸੀਜਨ ਦੀ ਵੀ ਕੱਢੋ। ਪਹਿਲਾਂ ਪੀ ਇਜ਼ ਕੇ ਐਚ ਇੰਟੂ ਐਕਸ ਫੋਰ ਆਕਸੀਜਨ, ਪੀ ਕਿੰਨਾ ਆਕਸੀਜਨ ਦਾ 1520 ਇਜ਼ ਇਨ ਕੇ ਐਚ 3.3 × 10⁻¹ × x ਆਫ ਆਕਸੀਜਨ ਆ ਗਿਆ ਜੀ, ਕੱਢ ਲਓ ਯਾਰ। ਦੂਸਰਾ ਪੀ ਇਜ਼ ਕੇ ਐਚ ਇੰਟੂ ਐਕਸ ਫੋਰ ਨਾਈਟ੍ਰੋਜਨ, ਨਾਈਟ੍ਰੋਜਨ ਦੇਖੋ ਪੀ ਕਿੰਨਾ 6004 ਇਜ਼ ਕੇ ਐਚ, ਕੇ ਐਚ ਕਿੰਨਾ 6.5 × 10⁻¹ × x, ਇਹ ਨਾਈਟ੍ਰੋਜਨ ਐਕਸ ਆ ਜਾਏਗਾ। ਦੈਟਸ ਆਲ, ਧਿਆਨ ਨਾਲ, ਆਕਸੀਜਨ 20% ਸੀ, ਯਾਨੀ 10 ਐਟਮੋਸਫੇਅਰ 2 ਐਟਮੋਸਫੇਅਰ ਆਕਸੀਜਨ, ਇਹਨੂੰ ਮਿਲੀਮੀਟਰਸ ਬਦਲਿਆ। ਨਾਈਟ੍ਰੋਜਨ 79% ਸੀ, 10 ਦਾ 7.79%, 7.9 ਐਟਮੋਸਫੇਅਰ, ਇਹਨੂੰ ਮਿਲੀਮੀਟਰਸ ਬਦਲਿਆ, ਯਾਨੀ ਦੋਨਾਂ ਦਾ ਪ੍ਰੈਸ਼ਰ ਪਤਾ, ਦੋਨਾਂ ਦਾ ਕੇ ਐਚ ਪਤਾ, ਦੋਨਾਂ ਦਾ ਪ੍ਰੈਸ਼ਰ ਪਤਾ, ਦੋਨਾਂ ਦਾ ਕੇ ਐਚ ਪਤਾ। ਤੁਹਾਨੂੰ ਪਤਾ ਪੀ ਇਜ਼ ਕੇ ਐਚ ਇੰਟੂ ਐਕਸ, ਪੀ ਪਤਾ, ਕੇ ਐਚ ਪਤਾ, ਐਕਸ ਕੱਢ ਲਓ ਮੋਲ ਫ੍ਰੈਕਸ਼ਨ ਆਫ ਆਕਸੀਜਨ, ਇਹਦੀ ਮੋਲ ਫ੍ਰੈਕਸ਼ਨ ਆਫ ਨਾਈਟ੍ਰੋਜਨ, ਇਟ ਇਜ਼ 2.39। ਠੀਕ ਹੈ ਜੀ, ਨੈਕਸਟ ਕੁਸ਼ਚਨ, ਧਿਆਨ ਨਾਲ, 2.39 ਦੇ ਬਾਅਦ ਬੇਟਾ 2.35।
2.35 देखो 2.35 हेनरीज ला कांस्टेंट फॉर मोलैलिटी ऑफ मीथेन केएच देता है इज 4.27 इनटू 10 पर 5 हेनरीज ला कांस्टेंट देता है कैलकुलेट सॉल्युबिलिटी एट 760 मिलीमीटर प्रेशर यानी प्रेशर है 760 सॉल्युबिलिटी पूछी है कर लो पी इज केएच इनटू एक्स एक्स इज के पी ओवर केएच पी कितना 760 ओवर 4.27 इनटू 10 पर 5 दैट्स ऑल ये आ गया 1.78 इंटू 10 to -3 इन्नी मोल फ्रैक्शन आ गई बेटा मोल फ्रैक्शन ही मोलैलिटी है अगर सॉल्वेंट एक किलो हो गए अगर पूछे मोलैलिटी को इन्नी मोलैलिटी का सॉल्वेंट एक किलो ले लीए इन्नी मोल फ्रैक्शन आ गई बड़ा सिंपल क्वेश्चन सीगा पी पता है के एच पता है एक्स कढ़ना है ये भी मिलीमीटर ये भी मिलीमीटर टेंशन ही कोई नहीं पी इज के एच इंटू एक्स एक्स में कढ़ लिया उन्हें अगर क्या मोलैलिटी तो एक्स ही मोलैलिटी है अगर सॉल्वेंट एक किलो हो गए 2.355 हो गया ठीक है जी ओदे बाद बेटा शाबाश फिर मैं एक दो होर क्वेश्चन करवा देना क्वेश्चन नंबर 2.27 ये ना रिलेटेड नहीं पर 2.27 यस सॉल्युबिलिटी प्रोडक्ट ऑफ कॉपर सल्फाइड इज नहीं बेटा ध्यान ग्यारहवीं इक्विलिब्रियम में कॉपर सल्फाइड को लिया कॉपर बन गया तो सल्फर बन गया अगर एस को लिया अभी एस बन गया अभी एस बन गया व्हाट इज सॉल्युबिलिटी प्रोडक्ट कंसंट्रेशन ऑफ कॉपर इंटू सल्फाइड यानी एस इंटू एस यानी एस स्क्वायर सॉल्युबिलिटी प्रोडक्ट इज एस स्क्वायर व्हाट इज सॉल्युबिलिटी अंडर रूट ऑफ सॉल्युबिलिटी प्रोडक्ट सॉल्युबिलिटी मीन्स मोलैरिटी सॉल्युबिलिटी अंडर रूट ऑफ सॉल्युबिलिटी प्रोडक्ट ठीक है जी सो सॉल्युबिलिटी प्रोडक्ट नहीं देती है अंडर रूट ऑफ व्हाट इज सॉल्युबिलिटी प्रोडक्ट हियर देखो ध्यान ना क्वेश्चन नंबर 2.27 6 इनटू 10 to -16 10 to -8 ठीक है जी इट इज 2.45 इनटू 10 to -8 इनने मोलर सॉल्युबिलिटी इन दी मोलैरिटी एदी सॉल्युबिलिटी प्रोडक्ट देती यानी आ को लिया एस को लिया एस बन गया व्हाट इज सॉल्युबिलिटी प्रोडक्ट कंसंट्रेशन प्रोडक्ट रेस्ट पर नंबर ऑफ मोल्स यानी कॉपर इनटू सल्फाइड यानी एस इनटू एस ए क्यों नहीं गिनया क्योंकि सॉलिड है सॉलिड नु इक्विलिब्रियम दे एक्सप्रेशन च नहीं लिखा जांदा ठीक है सो एस स्क्वायर सॉल्युबिलिटी प्रोडक्ट एस स्क्वायर एस इज अंडर रूट ऑफ सॉल्युबिलिटी प्रोडक्ट ए इक्विलिब्रियम वाले चैप्टर 11 में बड़े ध्यान ना करवाया गया सी 2.27 नाउ नेक्स्ट क्वेश्चन 2.29 नेक्स्ट क्वेश्चन इज 2.29 प्रोबब्ली लास्ट क्वेश्चन नेलोरफीन नेलोरफीन एक नशे दी चीज है C19H21NO3 ਇਹਦਾ ਮੋਲੀਕੂਲਰ ਵੇਟ ਮੈਂ ਦੇਖਿਆ ਇਹ ਆਇਆ 311 ਇਹਦਾ ਮੋਲੀਕੂਲਰ ਵੇਟ ਆ ਗਿਆ 311 ਸਿਮਿਲਰ ਟੂ ਮੋਰਫਿਨ ਇਹ ਨਾਰਕੋਟਿਕ ਯੂਜ਼ਰ ਦੇ ਵਿਦਰੋਲ ਸਿਮਟਮ ਲਈ ਯੂਜ਼ ਕੀਤੀ ਜਾਂਦੀ ਹੈ ਇਹਦੀ ਜਨਰਲੀ ਡੋਜ਼ 1.5 ਮਿਲੀਗ੍ਰਾਮ ਹੁੰਦੀ ਹੈ ਇਹਦਾ ਮਾਸ ਹੈ 1.5 ਮਿਲੀਗ੍ਰਾਮ ਜਾਂ 1.5 ਇੰਟੂ 10 to -3 ਗ੍ਰਾਮ ਇੰਨਾ ਚਾਹੀਦਾ ਕੈਲਕੂਲੇਟ ਮਾਸ ਆਫ ਇੰਨੀ ਸੋਲਿਊਸ਼ਨ ਕਿੰਨੀ ਸੋਲਿਊਸ਼ਨ 1.5 इंटू 10 to -3 मोलल सोल्यूशन रिक्वायर्ड फॉर अबव डोज ए डोज लैन ले सोल्यूशन का कितना भार लेना पड़ेगा सुनो बेटा 1.5 इंटू 10 to -3 मोलल मीन्स 1.5 इंटू 10 to -3 मोल ऑफ कौन नेलोरफीन इन 1000 ग्राम पानी
इन 1000 ग्राम पानी। 1.5 इन 10 टू माइनस 3 मोल ऑफ नेलोरफिन 1000 ग्राम वाटर। ये मोल का कितना पावर होगा, 1.5 इंटू 10 टू माइनस 3 इंटू 311 इंटू 311 यदा भार है बेटा 0.4665 ग्राम, यानी इन्नी नेलोरफिन 1000 ग्राम पानी च, इन्ने मोल जानी इन्ने ग्राम, इन 1000 ग्राम पानी। टोटल सोल्यूशन कितनी आ गई, 1000 प्लस 0.4665 यानी 1000.4665 ग्राम। इन्नी सोल्यूशन च इन्नी नेलोरफिन है, यानी कहने का मतलब इन्नी नेलोरफिन लैन लई इन्नी सोल्यूशन लैनी पैनी, 4.4665 ग्राम नेलोरफिन सोल्यूशन रिक्वायर्ड इज, सोल्यूशन कितनी चाहिए बेटा इज 1000.4665, एक ग्राम लिखनी चाहिए 1000.4665 ओवर 0.4665 ते 1.5 मिलीग्राम, यानी 1.5 इंटू 10 टू माइनस 3 ग्राम लई 1000 इंटू 0.4665 ओवर 0.4665 इंटू 1.5 इंटू 10 टू माइनस 3। दोबारा इस क्वेश्चन समझो, 2.29 2.29 दोबारा समझो बेटा, ध्यान नाल 2.29 दोबारा समझो। नेलोरफीन मॉलिकुलर वेट इहदा हैगा 311, 1.5 इंटू 10 टू माइनस 3 मोलल मीनस 1.5 इंटू 10 टू माइनस 3 मोल, यानी 1.5 इंटू 10 टू माइनस 3 इंटू 311 यानी 0.4665 ग्राम ग्राम नेलोरफीन इन 1000 ग्राम वाटर। टोटल सॉल्यूशन कितनी आ गई, टोटल सॉल्यूशन 1000 प्लस जिनी नेलोरफीन है यानी 1000.4665, यानी अगर इन्नी मैं सॉल्यूशन लवा तो इन्ना नेलोरफिन मिलना मैनू इन्ना, यानी 0.4665 ग्राम नेलोरफीन इन किन्नी सॉल्यूशन 1000.4665 ग्राम सॉल्यूशन। एक ग्राम किच होएगा 1000.4665 ओवर 0.4665 ते चाहिदा मैनू कितना 1.5 मिलीग्राम नेलोरफिन, यानी 1.5 इंटू 10 टू माइनस 3 ग्राम नेलोरफिन लिए कितना 1000.4665 ओवर 0.4665 इंटू 1.5 इंटू 10 टू माइनस 3। ठीक है, ये आंसर आ गया 3.22 ग्राम, यानी 3.22 ग्राम में सोल्यूशन ले लवा उस नेलोरफिन सिर्फ इन्ना होएगा। ਠੀਕ ਹੈ, ਇਹ ਬੇਟਾ ਆਮ ਤੌਰ 'ਤੇ ਨਵੈਰੀਕਲ ਪਤਾ ਵਕੀਲ ਕੈਲਕੂਲੇਟ ਕਰਦੇ ਆ ਜਦੋਂ ਕਿਸੇ ਕ੍ਰਿਮੀਨਲ ਕੋਲ ਡਰੱਗਸ ਫੜੀਆਂ ਜਾਣ। ਹੁਣ ਪੁਲਿਸ ਕਹਿੰਦੀ ਡਰੱਗ ਇੰਨੀ ਫੜੀ ਗਈ ਅਤੇ ਸਰਕਾਰੀ ਰੂਲ ਹੈ ਕਿ 20 ਮਿਲੀਗ੍ਰਾਮ ਪਤਾ ਨਹੀਂ ਇੰਨੇ ਤੋਂ ਜ਼ਿਆਦਾ ਫੜੇ ਫਿਰ ਕੇਸ ਬਣਦਾ, ਫਿਰ ਉਹ ਇੱਦਾਂ ਦੀ ਕੈਲਕੂਲੇਸ਼ ਆ ਕੇ ਦੇਖਦੇ ਆ ਕਿ ਸੋਲਿਊਸ਼ਨ ਜ਼ਰੂਰ ਜ਼ਿਆਦਾ ਹੈ ਕਿ ਡਰੱਗ ਉਹ 'ਚ ਉੰਨੇ ਤੋਂ ਜ਼ਿਆਦਾ ਹੈ ਕਿ ਨਹੀਂ, ਡਰੱਗ 20 ਗ੍ਰਾਮ ਤੋਂ ਜ਼ਿਆਦਾ ਹੈ ਕਿ ਨਹੀਂ। ਜੇ ਡਰੱਗ 20 ਗ੍ਰਾਮ ਤੋਂ ਘੱਟ ਹੋਵੇ ਤਾਂ ਬੰਦਾ ਛੁੱਟ ਜਾਂਦਾ 20 ਗ੍ਰਾਮ ਜਾਂ ਮੈਨੂੰ ਐਗਜੈਕਟਲੀ ਨਹੀਂ ਪਤਾ। ਸੋ ਇਹ ਕੈਲਕੂਲੇਸ਼ਨ ਇੱਦਾਂ ਦੀ ਲੋਅਰਜ਼ ਆਮ ਤੌਰ 'ਤੇ ਇਸਤੇਮਾਲ ਕਰਦੇ ਟੂ ਕੈਲਕੂਲੇਟ ਕਿ ਜਿਹੜੇ ਬੰਦੇ ਕੋਲ ਉਹ ਫੜੀ ਗਈ ਦਵਾਈ ਡਰੱਗ ਉਹ ਰਿਕੁਆਇਰਡ ਡੋਜ਼ ਤੋਂ ਜ਼ਿਆਦਾ ਸੀ ਕਿ ਘੱਟ ਸੀ, ਜੇ ਘੱਟ ਸੀ ਤਾਂ ਉਹ ਬਚ ਜਾਂਦਾ। ਠੀਕ ਹੈ ਜੀ, ਰਾਈਟ। ਸੋ ਦੈਟਸ ਆਲ ਫੋਰ ਸੋਲਿਊਸ਼ਨ, ਮੈਂ ਮੈਕਸੀਮਮ ਇਹਦੇ ਐਨ ਸੀ ਆਰ ਟੀ ਦੇ ਕੁਸ਼ਚਨ ਕਰਵਾਤੇ, ਜੇ ਫਿਰ ਵੀ ਕੋਈ ਤੁਹਾਡੇ ਮਨ 'ਚ ਹੋਵੇ ਤੁਸੀਂ ਡਾਊਟ ਲਿਖ ਕੇ ਭੇਜ ਸਕਦੇ ਹੋ। ਥੈਂਕ ਯੂ ਬੇਟਾ।